ਜੇ ਪੜਾਓਗੇ ਹੀ ਨਹੀਂ ਤਾਂ ਮੇਡ ਇਨ ਇੰਡੀਆ ਕਿੱਦਾਂ ਬਣੇਗਾ। ਕੋਵਿਡ ਦੇ ਦੌਰਾਨ ਅਗਸਤ 2020 ਵਿੱਚ ਨਿਊ ਐਜੂਕੇਸ਼ਨ ਪਾਲਿਸੀ ਡਿਕਲੇਅਰ ਹੋ ਗਈ ਬਾਈ ਐਗਜ਼ੀਕਿਊਟਿਵ ਬੋਰਡ। ਕਿਸੇ ਨੇ ਖਬਰਾਂ ਤੱਕ ਨਹੀਂ ਦਿੱਤੀਆਂ, ਕਿਸੇ ਬਹੁਤੀ ਖਬਰ ਉੱਠੀ ਵੀ ਨਹੀਂ। ਜਿਹੜੀ ਦੁਨੀਆ ਚ ਰੈਵੋਲੂਸ਼ਨ ਆਈ ਉਹ ਐਗਰੀਕਲਚਰਲ ਰੈਵੋਲੂਸ਼ਨ ਆਈ ਜੀ, ਬਿਲਕੁਲ। ਐਜੂਕੇਸ਼ਨ ਨਾ ਹੋਣ ਵਿੱਚ ਤੁਸੀਂ ਅਨਪੜ੍ਹ ਹੋ ਕੇ ਜਿਹੜਾ ਬੰਦਾ ਪੜ੍ਹਿਆ ਲਿਖਿਆ ਉਸ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦੋ। ਇੱਕ ਤਾਂ ਅਸੀਂ ਐਜੂਕੇਸ਼ਨ ਇਹ ਦੇਣੀ ਹੈ ਸਾਡੀ ਜਿਹੜੀ ਘਰਾਂ ਵਿੱਚ ਮਿਲਦੀ ਹੈ ਉਹ ਸਾਡੀ ਹੈਗੀ ਸੰਸਕਾਰਿਕ ਐਜੂਕੇਸ਼ਨ। ਬਹੁਤ ਵਧੀਆ ਹੁੰਦਾ, ਹਰ ਵਾਰ ਤੁਸੀਂ ਸਾਡਾ ਸਾਥ ਦਿੰਦੇ ਹੋ ਤੇ ਬੜਾ ਵਧੀਆ ਹੁੰਗਾਰਾ ਵੀ ਮਿਲਦਾ ਆ ਸ਼ੋ ਨੂੰ। ਲੋਕਾਂ ਵੱਲੋਂ ਵੀ ਬਹੁਤ ਸਾਰਾ ਸਾਨੂੰ ਮੈਸੇਜ ਆਉਂਦੇ, ਈਮੇਲਸ ਕਿ ਬੜਾ ਵਧੀਆ ਤੁਸੀਂ ਜਿਹੜਾ ਅੰਕੜਿਆਂ ਦੇ ਨਾਲ ਗੱਲਬਾਤ ਕਰਕੇ ਡਾਕਟਰ ਸਾਹਿਬ ਸਾਨੂੰ ਦੱਸਦੇ ਨੇ। ਸੋ ਅੱਜ ਦੀ ਗੱਲਬਾਤ ਅਸੀਂ ਤੁਹਾਡੇ ਨਾਲ ਜਿਹੜੀ ਕਰਨੀ ਹੈਗੀ ਆ ਕਿ ਐਜੂਕੇਸ਼ਨ ਦਾ ਸਾਡੀ ਸੁਸਾਇਟੀ 'ਤੇ ਕੀ ਅਸਰ ਹੈ, ਇਸ ਸਵਾਲ ਦੇ ਨਾਲ ਅਸੀਂ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਜੀ। ਹਾਂਜੀ, ਅਸੀਂ ਐਜੂਕੇਸ਼ਨ ਦੇਖੀਏ ਕਿ ਐਜੂਕੇਸ਼ਨ ਕੀ ਚੀਜ਼ ਹੈ। ਪਹਿਲੇ ਜੀ, ਅਸੀਂ ਜਦੋਂ ਇੱਕ ਬੱਚਾ ਪੈਦਾ ਹੁੰਦਾ ਉਹਦੇ ਵਿੱਚ ਬਿਲਕੁਲ ਬਲੈਂਕ ਸੋਫਟਵੇਅਰ, ਕੋਈ ਉਹਦੇ ਵਿੱਚ ਐਜੂਕੇਸ਼ਨ ਨਹੀਂ ਹੁੰਦੀ, ਕੋਈ ਉਹਦੇ ਵਿੱਚ ਕਿਸੇ ਕਿਸਮ ਦਾ ਉਹਦੀ ਜਿਹੜੀ ਆ ਤੁਹਾਡੇ ਕੋਲ ਫਰੈਸ਼ ਕੰਪਿਊਟਰ ਵਰਗਾ, ਉਹਦੇ ਵਿੱਚ ਫਿਰ ਤੁਸੀਂ ਸੋਫਟਵੇਅਰ ਲੋਡ ਕਰਨਾ ਸ਼ੁਰੂ ਕਰਦੇ ਹੋ। ਪਹਿਲੇ ਜਿਹੜੀ ਪਹਿਲੀ ਐਜੂਕੇਸ਼ਨ ਹੈ ਉਹ ਉਹਦੇ ਪੇਰੈਂਟਸ, ਮਾਂ, ਸਭ ਤੋਂ ਪਹਿਲਾ ਟੀਚਰ ਮਾਂ ਹੈ। ਉਸ ਤੋਂ ਅੱਗੇ ਇਹ ਬੜੇ ਧਿਆਨ ਨਾਲ ਹੈ ਕਿ ਕਿੱਦਾਂ ਉਹ ਡਿਵੈਲਪ ਹੋ ਰਿਹਾ। ਉਸ ਤੋਂ ਬਾਅਦ ਉਹਦੀ ਫੈਮਿਲੀ ਹੈ। ਜਦੋਂ 3 ਤੋਂ 4 ਸਾਲ ਦਾ ਹੁੰਦਾ ਪ੍ਰਾਇਮਰੀ, ਮਿਡਲ, ਹਾਈ, ਹਾਇਰ ਸੈਕੰਡਰੀ ਤੇ ਕਾਲਜ, ਯੂਨੀਵਰਸਿਟੀ, ਇਹ ਸਾਰਾ ਸਾਡਾ ਇੱਕ ਸਿਸਟਮ ਬਣਿਆ ਹੋਇਆ। ਸਾਰੀ ਦੁਨੀਆ ਵਿੱਚ ਇਹੀ ਤਕਰੀਬਨ ਪਲੱਸ ਮਾਈਨਸ ਕਰਕੇ ਤਕਰੀਬਨ ਇਹੀ ਸਿਸਟਮ ਹੈਗਾ। ਸੋ ਐਜੂਕੇਸ਼ਨ ਅਸੀਂ ਕਰਦੇ ਕਾਹਦੇ ਲਈ? ਇੱਕ ਤਾਂ ਅਸੀਂ ਐਜੂਕੇਸ਼ਨ ਇਹ ਦੇਣੀ ਹੈ ਸਾਡੀ ਜਿਹੜੀ ਘਰਾਂ ਵਿੱਚ ਮਿਲਦੀ ਹੈ ਉਹ ਸਾਡੀ ਹੈਗੀ ਸੰਸਕਾਰਿਕ ਐਜੂਕੇਸ਼ਨ। ਜਿਹੜੇ ਅਸੀਂ ਪਰਿਵਾਰਿਕ ਵਿੱਚ ਪਰਿਵਾਰ ਕਿੱਦਾਂ ਰਹਿਣਾ, ਕਿੱਦਾਂ ਇੱਕ ਦੂਜੇ ਨਾਲ ਬਿਹੇਵ ਕਰਨਾ, ਕਿੱਦਾਂ ਬੱਚਿਆਂ ਨੇ ਇੱਕ ਦੂਜੇ ਨਾਲ ਰਹਿਣਾ, ਕਿੱਦਾਂ ਆਪਣੇ ਫੈਮਿਲੀ ਦੇ ਵਿੱਚ ਮੋਰਲ ਵੈਲਿਊਜ, ਹੋਰ ਵੈਲਿਊਜ ਉਹਨੂੰ ਰੱਖਣਾ। ਉਸ ਤੋਂ ਬਾਅਦ ਅਸੀਂ ਉਹਨੂੰ ਸਕੂਲ ਵਿੱਚ ਭੇਜਦੇ ਹਾਂ ਜਿਹਦੇ ਵਿੱਚ ਅਲਟੀਮੇਟ ਸਾਡਾ ਪਰਪਸ ਹੁੰਦਾ ਕਿ ਸੰਸਾਰ ਦੇ ਰੂਪ ਵਿੱਚ ਉਹਨੇ ਕਿੱਦਾਂ ਵਰਤਣਾ ਤੇ ਕਿਸ ਹਿਸਾਬ ਨਾਲ ਉਹਨੇ ਆਪਣੀ ਅਰਨਿੰਗ ਕਰਨੀ ਹੈ। ਉਹ ਦੂਜੀ ਐਜੂਕੇਸ਼ਨ ਜੀ। ਸੋ ਇਹ ਜਿਹੜੀਆਂ ਦੋ ਐਜੂਕੇਸ਼ਨ ਹੈਗੀਆਂ ਇਹਨਾਂ ਨੂੰ ਜਦੋਂ ਅਸੀਂ ਧਿਆਨ ਨਾਲ ਦੇਖੀਏ ਤਾਂ ਕੀ ਅਸੀਂ ਵਾਕੇ ਜਿਹੜੀਆਂ ਸਰਕਾਰਾਂ ਐਜੂਕੇਸ਼ਨ ਦੇ ਰਹੀਆਂ, ਜਦੋਂ ਬੱਚਾ 3 ਸਾਲ ਤੋਂ ਲੈ ਕੇ ਜਾਂ 4 ਸਾਲ ਤੋਂ ਲੈ ਕੇ 25-30 ਸਾਲ ਤੱਕ ਜਾ ਰਿਹਾ ਜੀ, ਉਹ ਡਿਫਰੈਂਟ ਟਾਈਪ ਦੀ ਐਜੂਕੇਸ਼ਨ ਕੀ ਹੈ ਔਰ ਉਸ ਪੱਖੋਂ ਕੰਟਰੀ ਡਿਵੈਲਪ ਹੁੰਦਾ ਕਿ ਥੱਲੇ ਜਾਂਦਾ ਕਿ ਕਿੱਦਾਂ ਦਾ ਹੈ, ਇਹ ਸਾਨੂੰ ਧਿਆਨ ਵਿੱਚ ਰੱਖਣਾ। ਹੁਣ ਅਸੀਂ ਆਈਏ ਪਹਿਲੇ ਦੀ, ਇੰਡੀਆ ਦੀ ਸਿਸਟਮ ਜੀ। ਪੁਰਾਣੇ ਜ਼ਮਾਨੇ ਵਿੱਚ ਸਾਨੂੰ ਜੋ ਗੁਰੂ ਗ੍ਰੰਥ ਸਾਹਿਬ ਤੋਂ ਵੀ ਤੇ ਹੋਰਾਂ ਸਿਸਟਮਸ ਤੋਂ ਵੀ ਪਤਾ ਲੱਗਦਾ ਕਿ ਜਿਹੜਾ ਗਿਆਨ ਸੀ ਉਹ ਬੜਾ ਕੰਸਨਟ੍ਰੇਟਿਡ ਸੀ ਕੁਝ ਬੰਦਿਆਂ ਤੱਕ, ਤੇ ਗਿਆਨ ਨੂੰ ਅਸੀਂ ਇਨਹੈਰੀਟੈਂਸ ਵਿੱਚ ਲੈ ਗਏ ਕਿ ਇੱਕ ਜਾਤੀ ਹੈ ਜਿਹੜੀ ਗਿਆਨ ਦੇ ਉੱਤੇ ਕੰਟਰੋਲ ਕਰੇਗੀ
जी और उसका बच्चा ही ज्ञान प्राप्त करेगा, दूजा नहीं ले सकता। सो इनहेरेंटेंस हो गई कि जेड़ा भाई मां मां बाप का उस थले आला ओही एजुकेशन सिस्टम चलाएगा, भावे वह कैपेबल है कि नहीं कैपेबल, एदा कोई क्राइटेरिया नहीं है जी। कि दूजी सोसाइटी विचों भी आ सकता है कि नहीं आ सकता, पर एक क्यों किया गया, क्योंकि जेड़ा कमर्शियल ज्ञान है वो दूजे नू स्लेव बनाएगा। ओके क्योंकि उदे कोल ही ज्ञान है, दूजे कोल ता है ही नहीं, जब पढ़िया ही नहीं तो ज्ञान है ही नहीं, एजुकेशन है ही नहीं। सो एजुकेशन ना होण विच तुसी अनपढ़ हो के जेड़ा बंदा पढ़िया लिखिया उस ते विश्वास करना शुरू कर दोगे, ਜਿਵੇਂ ਅਧਿਆਪਕ ਤੇ ਕਰਦੇ ਆ, ਅਧਿਆਪਕ ਤੇ ਕਰਦੇ ਆ। ਜਦੋਂ ਅਸੀਂ ਪਹਿਲੇ ਦਿਨ ਬੱਚਾ ਆਪਣੇ ਪੇਰੈਂਟਸ ਤੇ ਸਾਰਿਆਂ ਤੇ ਵਿਸ਼ਵਾਸ ਕਰਦਾ, ਬਿਲਕੁਲ ਜੋ ਉਹਨੂੰ ਕਹਿੰਦੇ ਆ ਅਸੀਂ ਉਹ ਮੰਨਦਾ ਜਾਂਦਾ, ਅਸੀਂ ਉਹਨੂੰ ਛੋਟੇ ਛੋਟੇ ਵਰਡ ਸਿਖਾਉਂਦੇ ਆ, ਅਸੀਂ ਕਹਿੰਦੇ ਆ ਤੋਤਾ ਤੋ ਤੋਤਾ ਕਹਿੰਦਾ ਜੀ, ਉਹਨੂੰ ਆਈਡੈਂਟੀਫਾਈ ਕਰਦਾ। ਜੇ ਅਸੀਂ ਉਹਨੂੰ ਤੋਤੇ ਥਾਂ ਤੇ ਉਹਦਾ ਨਾਂ ਕੁਝ ਹੋਰ ਦੱਸ ਦਈਏ, ਜੇ ਚਾਈਨੀਜ਼ ਵਿੱਚ ਦੱਸ ਦਈਏ ਤਾਂ ਚਾਈਨੀਜ਼ ਵਿੱਚ ਕਰੇਗਾ, ਸਪੈਨਿਸ਼ ਵਿੱਚ ਦੱਸ ਦਈਏ ਸਪੈਨਿਸ਼ ਕਰੇਗਾ ਜੀ, ਬਿਲਕੁਲ। ਉਹ ਤਾਂ ਜੋ ਇਹਦਾ ਮਤਲਬ ਉਹ ਕਿਉਂ ਕਿੱਥੋਂ ਸਿੱਖ ਰਿਹਾ, ਤੁਹਾਡੇ ਤੇ ਵਿਸ਼ਵਾਸ ਕਰ ਰਿਹਾ ਕਿਉਂਕਿ ਉਹਦੀ ਅਗਿਆਨਤਾ। ਜਦੋਂ ਉਹ ਅਗਿਆਨਤਾ ਵੱਧਦੀ ਜਾਏਗੀ, ਵੱਡਾ ਵੀ ਹੋ ਜਾਏਗਾ, ਤਾਂ ਵੀ ਉਹ ਉਹਨਾਂ ਬੰਦਿਆਂ ਤੇ ਵਿਸ਼ਵਾਸ ਕਰੇਗਾ ਜਿਹੜਾ ਸੋਚੇਗਾ ਕਿ ਇਹ ਗਿਆਨ ਵਾਲਾ। ਤੇ ਗਿਆਨ ਨੂੰ ਹੋਲਡ ਕਰਨਾ ਆਪਣੇ ਹੱਥਾਂ ਵਿੱਚ, ਉਹਦੇ ਨਾਲ ਤੁਸੀਂ ਇੱਕ ਵੱਡੇ ਲੈਵਲ ਤੇ ਸਲੇਵਰੀ ਪੈਦਾ ਕਰ ਰਹੇ ਹੋ। ਓਕੇ ਇਨਡਾਇਰੈਕਟਲੀ ਔਰ ਡਾਇਰੈਕਟਲੀ, ਕਿਉਂਕਿ ਜਦੋਂ ਤੁਸੀਂ ਉਹਨੂੰ ਵਿਸ਼ਵਾਸ, ਜਦੋਂ ਗਿਆਨ ਨਹੀਂ ਦਿਓਗੇ ਤੇ ਉਹ ਆਟੋਮੈਟਿਕਲੀ ਜੋ ਤੁਸੀਂ ਕਹੋਗੇ ਉਹ ਕਰੇਗਾ, ਬਿਲਕੁਲ। ਸੋ ਉਹ ਜਿਹੜੀ ਚੀਜ਼ ਹੈ ਉਹਨੂੰ ਐਜੂਕੇਸ਼ਨ ਦੁਨੀਆ ਦੇ ਵਿੱਚ ਡਿਫਰੈਂਟ ਕੰਟਰੀਜ਼ ਨੇ ਜੀ, ਹਰ ਦੇਸ਼ ਨੇ, ਹਰ ਸਮਾਜ ਨੇ ਉਹਨੂੰ ਇੱਕ ਅਲੱਗ ਅਲੱਗ ਤਰੀਕੇ ਨਾਲ ਵਿਕਸਿਤ ਕਰਨਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਜੇ ਅਸੀਂ ਵਰਲਡ ਦੀ ਜਿਹੜੀ ਸੋਸਾਇਟੀ ਦੇਖੀਏ ਤੇ ਸਭ ਤੋਂ ਪਹਿਲਾਂ ਜਿਹੜੀ ਦੁਨੀਆ 'ਚ ਰੈਵੋਲਿਊਸ਼ਨ ਆਈ ਉਹ ਐਗਰੀਕਲਚਰਲ ਰੈਵੋਲਿਊਸ਼ਨ ਆਈ ਜੀ, ਬਿਲਕੁਲ। ਜਿਹਦੇ ਵਿੱਚ ਉਹਨੂੰ ਇਹ ਸਿਖਾਇਆ ਗਿਆ ਬੰਦੇ ਨੂੰ ਕਿ ਰੋਟੀ ਕਿੱਦਾਂ ਪੈਦਾ ਕਰਨੀ, ਤੁਸੀਂ ਚਾਵਲ ਝੋਨਾ ਇਹ ਕਿੱਦਾਂ ਪੈਦਾ ਕਰਨਾ। ਅਸੀਂ ਫਾਰਮਰਸ ਦੇ ਨਾਲ ਵੀ ਰਿਲੇਟ ਕਰਾਂਗੇ ਇਹਨੂੰ ਜੀ ਜੀ, ਕਿਉਂਕਿ ਐਗਰੀਕਲਚਰ ਰੈਵੋਲਿਊਸ਼ਨ ਦੁਨੀਆ ਦੀ ਪਹਿਲੀ ਰੈਵੋਲਿਊਸ਼ਨ ਸੀ ਜਿਹਨੇ ਦੁਨੀਆ ਦਾ ਰਹਿਣ ਸਹਿਣ ਸਾਰਾ ਬਦਲ ਦਿੱਤਾ ਜੀ। ਸੋ ਐਜੂਕੇਸ਼ਨ ਉਹ ਗਿਆਨ ਜਿਸ ਹਿਸਾਬ ਕਦੋਂ ਬੀਜਣਾ, ਕਦੋਂ ਕਿੰਨਾ ਕੱਟਣਾ, ਕਿੱਦਾਂ ਉਹਦਾ ਆਟਾ ਬਣਾਉਣਾ, ਇਹ ਵੀ ਤਾਂ ਗਿਆਨ ਹੈ ਜੀ, ਬਿਲਕੁਲ। ਸਾਨੂੰ ਸ਼ਾਇਦ ਇਸ ਵੇਲੇ ਅਸੀਂ ਇਸ ਸੋਸਾਇਟੀ ਵਿੱਚ ਇੰਨਾ ਪਹੁੰਚ ਚੁੱਕੇ ਹਾਂ ਕਿ ਸਾਨੂੰ ਇਹ ਲੱਗਦਾ ਕਿ ਇਹ ਤਾਂ ਸਾਡੇ ਲਈ ਕਾਮਨ ਚੀਜ਼ਾਂ, ਸਾਡੇ ਬੱਚਿਆਂ ਨੂੰ ਲੱਗਦਾ ਕਿ ਲੈ ਬਈ ਹੁਣ ਤਾਂ ਆਟਾ ਬਣਿਆ ਬਣਾਇਆ ਮਿਲਦਾ, ਜਾ ਕੇ ਕਿਸੇ ਥਾਂ ਤੋਂ ਖਰੀਦ ਲਓ, ਕਿਸੇ ਸਟੋਰ ਤੋਂ ਕੋਈ ਚੀਜ਼ ਲੈ ਲਓ, ਪਾਸਤਾ ਲੈ ਲਓ ਫਲਾਣੀ, ਪਰ ਕਿਸੇ ਵੇਲੇ ਤਾਂ ਲੋਕਾਂ ਨੂੰ ਕੁਛ ਨਹੀਂ ਸੀ ਪਤਾ ਜੀ, ਬਿਲਕੁਲ। ਉਹ ਐਜੂਕੇਸ਼ਨ ਹੌਲੀ ਹੌਲੀ ਗਿਆਨ ਅੱਗੋ ਤੋਂ ਅੱਗੋ, ਔਰ ਹਿਊਮਨ ਬੀਇੰਗ ਇਨਸਾਨ ਇੱਕ ਐਸਾ ਸੋਸ਼ਲ ਐਨੀਮਲ ਹੈ ਜਿਹੜਾ ਇਹ ਗਿਆਨ ਅੱਗੇ ਟ੍ਰਾਂਸਫਰ ਕਰਦਾ ਜਾਂਦਾ ਆਪਣੀ ਪੀੜ੍ਹੀ ਤੋਂ ਪੀੜ੍ਹੀ ਜੀ, ਤੇ ਫਿਰ ਉਹ ਪੀੜ੍ਹੀ ਅੱਗੋਂ ਡਿਵੈਲਪ ਕਰਦੀ ਜਾਂਦੀ ਹੈ। ਤੇ ਇਸੇ ਕਰਕੇ ਤੁਸੀਂ ਦੇਖੋ ਕਿ ਸਾਇੰਸ ਜਿਹਨੂੰ ਕਹਿ ਲਓ ਜਾਂ ਟੈਕਨੋਲੋਜੀ ਕਹਿ ਲਓ ਜਾਂ ਕੋਈ ਵੀ ਚੀਜ਼ ਤੁਸੀਂ ਲੈ ਲਓ, ਉਹਦੇ ਵਿੱਚ ਜਿੰਨੀ ਡਿਵੈਲਪਮੈਂਟ ਹੁੰਦੀ ਜਾਂਦੀ ਹੈ ਉਹ ਅਸੀਂ ਇੱਕ ਐਸੇ ਬੰਦੇ ਹੈਗੇ ਆ ਜਿਹੜੇ ਲੈਂਗੁਏਜ ਰਾਹੀਂ ਜਾਂ ਕਿਸੇ ਤਰੀਕੇ ਨਾਲ ਅਸੀਂ ਆਪਣੇ ਅੱਗੇ ਪਾਸ ਆਨ ਕਰਦੇ ਹਾਂ, ਉਹ ਪਾਸ ਆਨ ਹੁੰਦੀ ਹੁੰਦੀ ਅੱਗੇ ਚੱਲਦੀ। ਜੇ ਅਸੀਂ ਪਾਸ ਆਨ ਕਰਨੀ ਬੰਦ ਕਰ ਦਈਏ ਕਿੱਥੇ ਪਹੁੰਚਾਂਗੇ ਅਸੀਂ, ਜ਼ਰਾ ਸੋਚੀਏ, ਅਸੀਂ ਆਪਣੀ ਅੱਖ ਬੰਦ ਕਰਕੇ ਸੋਚੀਏ, ਜੇ ਇੱਕ ਮਿੰਟ 'ਚ ਅਸੀਂ ਸਾਰੇ ਜਣੇ ਜਿਹੜੇ ਵੀ ਅਸੀਂ ਇਸ ਉਮਰੇ ਹਾਂ ਜਾਂ ਹੋਰ ਵੀ ਜਿਸ ਵਿੱਚ ਹੈਗੇ ਹਾਂ, ਜੇ ਬੱਚਿਆਂ ਨੂੰ ਇਨਫੋਰਮੇਸ਼ਨ ਪਾਸ ਕਰਨੀ ਬੰਦ ਕਰ ਦਈਏ ਤੇ ਕੀ ਅਸੀਂ ਪਿੱਛੇ ਨੂੰ ਜਾਂ
ਜੋ ਪਹਿਲੇ ਹੁੰਦਾ ਰਿਹਾ ਸਲੇਵਸ ਹੁੰਦੇ ਰਹੇ ਆ ਜਾਂ ਹੋਰ ਹੁੰਦੇ ਰਹੇ ਆ ਤੁਸੀਂ ਦੇਖਿਆ ਹੀ ਆ ਹਿਸਟਰੀ ਵਿੱਚ ਸਲੇਵਰੀ ਦੀ ਬੜੀ ਵੱਡੀ ਜਗ੍ਹਾ ਰਹੀ ਆ ਭਾਵੇਂ ਉਹ ਲੀਗਲਾਈਜ਼ਡ ਹੋ ਦੋਨਾਂ ਚੋਂ ਜਿਹੜੀ ਮਰਜ਼ੀ ਗਿਣ ਲਓ ਪਰ ਉਹ ਹੁੰਦੀ ਰਹੀ ਹੈ ਸੀਗਾ ਤੇ ਉਹਦੇ ਵਿੱਚ ਗਿਆਨ ਹੀ ਐਜੂਕੇਸ਼ਨ ਹੀ ਸੀਗੀ ਸੋ ਐਜੂਕੇਸ਼ਨ ਇੱਕ ਸੋਸਾਇਟੀ ਨੂੰ ਡਿਵੈਲਪ ਕਰਨ ਲਈ ਬਹੁਤ ਵੱਡਾ ਰੋਲ ਅੱਛਾ ਡਾਕਟਰ ਸਾਹਿਬ ਇਹਦੇ ਨਾਲ ਨਾਲ ਥੋੜ੍ਹਾ ਜਿਹਾ ਜ਼ਿਕਰ ਕਰੋ ਕਿ ਜਿਹੜੀਆਂ ਮਨੁੱਖੀ ਕਦਰਾਂ ਕੀਮਤਾਂ ਨੇ ਉਹਦੇ ਨਾਲ ਨਾਲ ਆਰਥਿਕਤਾ ਅਤੇ ਐਜੂਕੇਸ਼ਨ ਦਾ ਕੀ ਪ੍ਰਭਾਵ ਪਿਆ ਹਾਂਜੀ ਹੁਣ ਅਗਲੀ ਰੈਵੋਲਿਊਸ਼ਨ ਆਈ ਜਦੋਂ ਐਗਰੀਕਲਚਰ ਰੈਵੋਲਿਊਸ਼ਨ ਆਈ ਲੋਕਾਂ ਨੇ ਐਗਰੀਕਲਚਰ ਪ੍ਰੋਡਿਊਸ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਜੀ ਫੂਡ ਸਿਕਿਉਰਿਟੀ ਸ਼ੁਰੂ ਹੋਈ ਹੌਲੀ ਹੌਲੀ ਜਿਹੜੀ ਨੈਕਸਟ ਰੈਵੋਲਿਊਸ਼ਨ ਆਈ ਜਿਹਨੂੰ ਇੰਡਸਟਰੀਅਲ ਰੈਵੋਲਿਊਸ਼ਨ ਕਹਿੰਦੇ ਆ ਯੂਰਪ ਵਿੱਚ ਆਈ ਜਿਹਨੇ ਇੰਡਸਟਰੀ ਸ਼ੁਰੂ ਕੀਤੀ ਤੇ ਇੰਡਸਟਰੀ ਨਾਲ ਆਰਥਿਕਤਾ ਵਧੀ ਉਹ ਜਿਹੜੀ ਇੰਡਸਟਰੀ ਦੀ ਨੌਲੇਜ ਸੀ ਉਹ ਉਹਨੂੰ ਇੱਕ ਆਰਥਿਕ ਬਣਾਉਣਾ ਸ਼ੁਰੂ ਕਰ ਦਿੱਤਾ ਉਹਦੇ ਲਈ ਸਾਨੂੰ ਕੀ ਜ਼ਰੂਰਤ ਪਈ ਸਭ ਤੋਂ ਪਹਿਲਾਂ ਉਹਦੇ ਲਈ ਫਾਈਨੈਂਸ ਦੀ ਜ਼ਰੂਰਤ ਪਈ ਕਨਵਰਟੇਬਲ ਤੁਸੀਂ ਦੇਖੋ ਕਿ ਪਹਿਲੇ ਬਾਰਟਰ ਟ੍ਰੇਡ ਹੁੰਦਾ ਸੀ ਤੂੰ ਮੈਨੂੰ ਇੰਨੇ ਦੇ ਦੇ ਤਾਂ ਮੈਂ ਤੈਨੂੰ ਇਹ ਚੀਜ਼ ਦੇ ਦਿੰਦਾ ਤੂੰ ਇਹ ਦੇ ਦੇ ਮੈਂ ਇਹ ਦੇ ਦਿੰਦਾ ਉਸ ਤੋਂ ਬਾਅਦ ਕੀ ਹੋ ਗਿਆ ਕਰੰਸੀ ਸ਼ੁਰੂ ਹੋ ਗਈ ਕਰੰਸੀ ਨੇ ਕੀ ਕੀਤਾ ਹਰ ਚੀਜ਼ ਨੂੰ ਕਰੰਸੀ ਦੀ ਵੈਲਿਊ ਵਿੱਚ ਕਨਵਰਟ ਕਰਨਾ ਸ਼ੁਰੂ ਕਰ ਦਿੱਤਾ ਸੀ ਜੇ ਫੂਡ ਪ੍ਰੋਡਿਊਸ ਕੀਤਾ ਤਾਂ ਵੀ ਕਰੰਸੀ ਐਮ ਐਸ ਪੀ ਸੋਚੋ ਫਾਰਮਰ ਕੀ ਮੰਗਦਾ ਪਿਆ ਕਰੰਸੀ ਚ ਕਨਵਰਟ ਕਰਦਾ ਪਿਆ ਨਾ ਬਿਲਕੁਲ ਬਿਲਕੁਲ ਫੂਡ ਨੂੰ ਇੰਡਸਟਰੀ ਵਾਲਾ ਕੀ ਕਰ ਰਿਹਾ ਜੀਓ ਵਾਲਾ ਕੀ ਕਰ ਰਿਹਾ ਔਰ ਤੁਹਾਡੇ ਫੋਨ ਸਰਵਿਸ ਨੂੰ ਪੈਸੇ ਚ ਕਨਵਰਟ ਕਰ ਰਿਹਾ ਹਰ ਚੀਜ਼ ਤੁਸੀਂ ਆਰਥਿਕ ਨਾਲ ਕਨਵਰਸ਼ਨ ਸ਼ੁਰੂ ਕਰ ਦਿੱਤੀ ਤੀਜੀ ਰੈਵੋਲਿਊਸ਼ਨ ਜਿਹੜੀ ਬਹੁਤ ਵੱਡੀ ਆਈ ਜਿਹੜੀ ਪਿਛਲੇ 50-60 ਸਾਲਾਂ ਵਿੱਚ ਆਈ ਇਸ ਦੀ ਇਨਫੋਰਮੇਸ਼ਨ ਰੈਵੋਲਿਊਸ਼ਨ ਤੁਸੀਂ ਵੀ ਬੈਠੇ ਹੋ ਟੀਵੀ ਤੇ ਇਹ ਇਨਫੋਰਮੇਸ਼ਨ ਪਾਸ ਆਨ ਕਰਦੇ ਹੋ ਮੈਂ ਵੀ ਕਰ ਰਿਹਾ ਸੋ ਇਨਫੋਰਮੇਸ਼ਨ ਰੈਵੋਲਿਊਸ਼ਨ ਤੇ ਇਨਫੋਰਮੇਸ਼ਨ ਦੀ ਵੈਲਿਊ ਲੱਗਣੀ ਸ਼ੁਰੂ ਹੋ ਗਈ ਤੁਸੀਂ ਆਰਥਿਕ ਦਾ ਕੁਐਸਚਨ ਪੁੱਛਿਆ ਹੁਣ ਗਿਆਨ ਨੂੰ ਅਸੀਂ ਵੈਲਿਊ ਵਿੱਚ ਕਨਵਰਟ ਕਰਨਾ ਸ਼ੁਰੂ ਕਰ ਦਿੱਤਾ ਆਰਥਿਕ ਸਿਚੁਏਸ਼ਨ ਗਿਆਨ ਤੇ ਖੜੀ ਹੋ ਗਈ ਮਾਈਕਰੋਸਾਫਟ ਗੂਗਲ ਫੇਸਬੁੱਕ ਪਿਛਲੇ 50 ਸਾਲਾਂ ਵਿੱਚ ਕਿੰਨੀਆਂ ਕੰਪਨੀਆਂ ਸਿਰਫ ਇਨਫੋਰਮੇਸ਼ਨ ਤੇ ਖੜੀਆਂ ਹੋ ਗਈਆਂ ਗਿਆਨ ਤੇ ਖੜੀਆਂ ਹੋ ਗਈਆਂ 20 ਸਾਲਾਂ 'ਚ ਜੀ ਪਿਛਲੇ 20 ਸਾਲਾਂ 'ਚ ਲਾਓ ਸੀ ਬਹੁਤ ਵੱਡਾ ਅੰਤਰ ਹੈ ਮੈਂ 50 ਇਸ ਕਰਕੇ ਕਹਿੰਦਾ ਕਿਉਂਕਿ ਕੰਪਿਊਟਰਸ ਜਿਹੜੇ ਆ ਉਹ ਤਕਰੀਬਨ 50 ਜੀ 1900 ਆਫਟਰ ਵਰਲਡ ਵਾਰ 2 ਸ਼ੁਰੂ ਹੋ ਗਏ ਸੀ ਆਣੇ ਜੀ ਜੀ ਸੋ ਇਨਫੋਰਮੇਸ਼ਨ ਜਿਹੜਾ ਗਿਆਨ ਹੈ ਉਹਦੀ ਵੈਲਿਊਏਸ਼ਨ ਸ਼ੁਰੂ ਹੋ ਗਈ ਜੀ ਹੁਣ ਗਿਆਨ ਦੀ ਜਦੋਂ ਇਵੈਲਿਊਏਸ਼ਨ ਸ਼ੁਰੂ ਹੋ ਗਈ ਤੇ ਆਰਥਿਕ ਸਿਚੁਏਸ਼ਨ ਗਿਆਨ ਤੇ ਖੜੀ ਹੋ ਗਈ ਜਿਹੜਾ ਤੁਸੀਂ ਕੁਐਸਚਨ ਕੀਤਾ ਜੀ ਜੀ ਉਹ ਬਿਲਕੁਲ ਉੱਥੇ ਆ ਕੇ ਖੜਾ ਹੋ ਗਿਆ ਕਿ ਗਿਆਨ ਨਾਲ ਆਰਥਿਕ ਦਾ ਕੀ ਰਿਲੇਸ਼ਨ ਹੈ ਜੀ ਅੱਛਾ ਹੁਣ ਜੇ ਤੁਸੀਂ ਜ਼ਿਕਰ ਕੀਤਾ ਸੀ ਹੁਣੇ ਹੁਣੇ ਅਲੱਗ ਅਲੱਗ ਮੁਲਕਾਂ ਦਾ ਜ਼ਿਕਰ ਕੀਤਾ ਹੈ ਜਿਵੇਂ ਦੁਨੀਆ ਦੇ ਅਲੱਗ ਅਲੱਗ ਦੇਸ਼ ਨੇ ਉਹਦੇ ਵਿੱਚ ਸਰਕਾਰਾਂ ਐਜੂਕੇਸ਼ਨ ਨੂੰ ਕਿਵੇਂ ਦੇਖਦੀਆਂ ਨੇ ਅਤੇ ਭਾਰਤ ਦੇ ਵਿੱਚ ਕੰਪੈਰੀਜ਼ਨ ਦੂਸਰੇ ਮੁਲਕਾਂ ਦੇ ਮੁਕਾਬਲੇ ਭਾਰਤ ਦੇ ਵਿੱਚ ਕਿਹੋ ਜਿਹਾ ਹਾਲ ਹੈ ਜੀ ਅਸੀਂ ਹੁਣ ਥੋੜ੍ਹਾ ਜਿਹਾ ਅੰਕੜਿਆਂ ਵੱਲ ਤੁਰਨਾ ਸ਼ੁਰੂ ਕਰੀਏ ਹਾਂਜੀ ਕਿਉਂਕਿ ਅੰਕੜਿਆਂ ਦੇ ਤੁਸੀਂ ਮਾਹਰ ਹੋ ਅੰਕੜੇ ਚਾਹੀਦੇ ਚੱਲਣਾ ਸ਼ੁਰੂ ਕਰੀਏ ਮੈਂ ਥੋੜ੍ਹਾ ਜਿਹਾ ਪਹਿਲੇ ਇੱਥੋਂ ਦੱਸਦਾ ਕਿ ਬੱਚੇ ਇੰਡੀਆ ਦੇ ਵਿੱਚ ਪ੍ਰਾਇਮਰੀ ਐਜੂਕੇਸ਼ਨ ਹੈਗੀ ਹੈ ਤੇ ਪਹਿਲੇ ਬਹੁਤ ਲੋਕ ਬੱਚੇ ਪੜ੍ਹਨ ਨਹੀਂ ਸੀ ਆਉਂਦੇ 1995 ਵਿੱਚ ਇੱਕ ਬਹੁਤ ਵੱਡੀ ਸਕੀਮ ਗਵਰਨਮੈਂਟ ਨੇ ਇਸ਼ੂ ਕੀਤੀ ਜਿਹਦੇ ਵਿੱਚ ਉਹਨਾਂ ਕਿਹਾ ਮਿਡ ਡੇ ਮੀਲ ਜੀ ਕਿ ਜਿਹੜੇ ਬੱਚੇ ਆਉਣਗੇ ਉਹਨਾਂ ਨੂੰ ਉੱਥੇ ਖਾਣਾ ਦਿੱਤਾ ਜਾਏਗਾ ਤੇ 100% ਇਨਰੋਲ ਕਰੋ ਤੇ ਉਸਦੇ ਵਿੱਚ ਇਹ ਗਵਰਨਮੈਂਟ ਦੇ ਅੰਕੜੇ ਹੈ
ਮੇਰੇ ਕੋਲੋਂ ਜਿਹੜੇ ਅੰਕੜੇ ਵੈਬਸਾਈਟ ਤੇ ਪਏ ਆ ਇਹ ਤਕਰੀਬਨ 2016-17 ਦੇ ਆ, ਉਸ ਤੋਂ ਬਾਅਦ ਦੇ ਨਹੀਂ ਹੈਗੇ ਜੀ। ਦੂਜੇ ਮੈਂ ਜਿੰਨੇ ਵੀ ਅੰਕੜੇ ਲੈ ਰਿਹਾ ਹੋ ਸਕਦਾ ਉਹਦੇ ਵਿੱਚ ਪਲੱਸ ਮਾਈਨਸ ਥੋੜੀ ਵੇਰੀਏਸ਼ਨ ਹੋਵੇ, ਡਿਫਰੈਂਟ ਸਾਈਟਸ ਤੋਂ ਮੈਂ ਲਿੱਤੇ ਆ। ਸੋ ਮੈਂ ਡਿਸਕਲੇਮਰ ਇਹ ਨਹੀਂ ਕਹਿ ਸਕਦਾ ਕਿ ਮੈਂ 100% ਉਸ ਦੇ ਉੱਤੇ ਹੈ, ਪਰ ਜਿਹੜਾ ਜਿਹੜੇ ਅੰਕੜੇ ਮਿਨਿਸਟਰੀ ਆਫ ਐਜੂਕੇਸ਼ਨ ਤੇ ਪਏ ਆ ਮੈਂ ਉੱਥੋਂ ਕਲੈਕਟ ਕੀਤੇ ਆ ਜਾਂ ਵਰਲਡ ਰੈਂਕਿੰਗ ਤੋਂ ਕੀਤੇ ਜੀ। ਸੋ ਉਸ ਤੋਂ ਬਾਅਦ ਆਂਗਨਵਾੜੀ ਇੱਕ ਉੱਥੇ ਸਕੀਮ ਹੈਗੀ ਆ, ਆਂਗਨਵਾੜੀ ਵਰਕਰਸ ਉਹਨਾਂ ਨੂੰ ਇਹਦੇ ਵਿੱਚ ਐਸੋਸੀਏਟ ਕੀਤਾ ਗਿਆ ਕਿ ਉਹ ਮਿਡ ਡੇ ਮੀਲ ਬਣਾਉਣ, ਖਿਚੜੀ ਬਣਾਉਣ, ਜੋ ਵੀ ਬਣਾ ਕੇ ਬੱਚਿਆਂ ਨੂੰ ਦੇਣ। ਤੇ ਟੋਟਲ ਇੰਡੀਆ ਦੇ 95% ਬੱਚੇ ਇਨਰੋਲ ਹੋਣੇ ਸ਼ੁਰੂ ਹੋ ਗਏ ਪਹਿਲੀ ਵਿੱਚ। ਜਦੋਂ ਪੰਜਵੀਂ ਤੱਕ ਪਹੁੰਚੇ ਤੇ ਉਹ 90 ਰਹਿ ਗਏ, 5% ਬੱਚੇ ਵਿਦਡਰਾ ਕਰ ਗਏ। 9ਵੀਂ 10ਵੀਂ ਤੱਕ ਆਉਂਦਿਆਂ ਤੱਕ 79% ਰਹਿ ਗਏ। ਅੱਛਾ ਜੀ। ਤੇ 11ਵੀਂ 12ਵੀਂ ਚ 51% ਰਹਿ ਗਏ ਜੀ। ਕਾਲਜ ਵਿੱਚ 15% ਰਹਿ ਗਏ ਤੇ ਯੂਨੀਵਰਸਿਟੀ ਚ 0.5% ਰਹਿ ਗਏ। ਅੱਛਾ, 200 ਚੋਂ ਇੱਕ ਵਿਅਕਤੀ ਯੂਨੀਵਰਸਿਟੀ ਜਾਣ ਲੱਗਾ। ਹਾਂਜੀ, ਵਾਹ। ਮਤਲਬ ਹੁਣ ਇਹ ਤਾਂ ਹੈਗਾ ਸਾਡੇ ਜਿਹੜਾ ਡਾਟਾ ਆਲਰੇਡੀ ਅਵੇਲੇਬਲ ਹੈ, ਤੁਸੀਂ ਦੇਖ ਸਕਦੇ ਹੋ ਕਿ ਜੇ 100 ਬੱਚਾ ਪੈਦਾ ਹੋਇਆ, ਪਹਿਲੇ 95 ਸਕੂਲ ਵਿੱਚ ਗਏ, 5 ਤਾਂ ਗਏ ਹੀ ਨਹੀਂ, ਤੇ 10ਵੀਂ ਤੱਕ 11ਵੀਂ 12ਵੀਂ ਤੱਕ ਮਸੀ 50% ਪਾਸ ਹੋਏ, ਉਸ ਤੋਂ ਅੱਗੇ ਤਾਂ ਪੜ੍ਹੇ। ਸੋ ਵਾਟ ਆਰ ਵੀ ਪ੍ਰੋਡਿਊਸਿੰਗ? ਤੁਸੀਂ ਕਹਿੰਦੇ ਹੋ ਫਾਰਮਰਸ ਨੂੰ ਲੇਬਰ ਬਣਾਉਣਾ, ਬਾਰ ਬਾਰ ਤੁਸੀਂ ਇਹ ਕੁਐਸਚਨ ਰੇਜ਼ ਕਰਦੇ ਪਏ ਹੋ, ਇਹ ਜਿਹੜੇ ਫਾਰਮਰ ਨਹੀਂ ਵੀ ਹੈਗੇ ਉਹ ਵੀ ਲੇਬਰ ਬਣ ਰਹੇ ਆ, 50% ਆਫ ਦੈਮ ਪਾਪੂਲੇਸ਼ਨ। ਇਹ ਤਾਂ ਫਾਰਮਰ ਵੀ ਨਹੀਂ ਹੈਗੇ ਜੀ, ਜਾਂ ਫਾਰਮਰਾਂ ਦੇ ਬੱਚੇ ਹੈਗੇ। ਡਾਕਟਰ ਸਾਹਿਬ, ਤੁਹਾਡੇ ਤੋਂ ਇੱਕ ਹੋਰ ਸਵਾਲ ਪੁੱਛਣਾ ਚਾਹਾਂਗੇ ਕਿ ਭਾਰਤ ਦੀ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆ ਉਹ ਕਿਸ ਦਿਸ਼ਾ ਵੱਲ ਜਾ ਰਹੀ ਹੈਗੀ ਆ? ਹਾਂਜੀ, ਹੁਣ ਅਸੀਂ ਆਈਏ ਕਿ ਤੁਸੀਂ, ਅਸੀਂ ਤਾਂ ਬੜਾ ਕਹਿੰਦੇ ਹਾਂ ਕਿ ਭਾਰਤ ਨੇ ਕੋਵਿਡ ਦੇ ਵਿੱਚ ਇਹ 3 ਕਾਨੂੰਨ ਲੈਣ ਦੇ ਆਰਡੀਨੈਂਸ ਬਣਾ ਲਏ ਜੀ। ਕੋਵਿਡ ਦੇ ਦੌਰਾਨ ਅਗਸਤ 2020 ਵਿੱਚ ਨਿਊ ਐਜੂਕੇਸ਼ਨ ਪਾਲਿਸੀ ਡਿਕਲੇਅਰ ਹੋ ਗਈ ਬਾਏ ਐਗਜ਼ੈਕਟਿਵ ਆਰਡਰ। ਕਿਸੇ ਨੇ ਖਬਰਾਂ ਤੱਕ ਨਹੀਂ ਦਿੱਤੀਆਂ, ਕਿਸੇ ਬਹੁਤੀ ਖਬਰ ਉੱਠੀ ਵੀ ਨਹੀਂ, ਬੜੀ ਥੋੜੇ ਜਿਹੇ ਲੈਵਲ ਤੇ ਕਿਸੇ ਕਿਸੇ ਥਾਂ ਤੇ ਟੀਵੀ ਤੇ ਡਿਸਕਸ ਹੋਈ, ਅਦਰਵਾਈਜ਼ ਇਹ ਐਡਾ ਵੱਡਾ ਇਸ਼ੂ ਚੁੱਪ ਚਾਪ ਆਰਾਮ ਨਾਲ ਮਿਨਿਸਟਰ ਸਾਹਿਬ ਐਗਜ਼ੀਕਿਊਟਿਵ ਆਰਡਰ ਨਾਲ ਪਾਸ ਕਰ ਦਿੱਤਾ ਜੀ। ਔਰ ਐਜੂਕੇਸ਼ਨ ਪਾਲਿਸੀਜ਼ ਨੂੰ ਅਗਰ ਦੇਖੋ ਤੇ ਪਹਿਲੀ 1968 ਵਿੱਚ ਆਈ ਸੀ, ਦੂਜੀ ਐਜੂਕੇਸ਼ਨ ਪਾਲਿਸੀ 1986 ਵਿੱਚ ਆਈ ਤੇ ਫਿਰ 2020 ਵਿੱਚ। ਤੁਸੀਂ ਇਮੇਜਿਨ ਕਰੋ ਕਿ 30-20 ਤੇ 14-34 ਸਾਲ ਬਾਅਦ ਜਿਹੜੀ ਪਾਲਿਸੀ ਬਦਲ ਰਹੀ ਹੈ ਉਹਨੂੰ ਨਾ ਪਾਰਲੀਮੈਂਟ ਡਿਸਕਸ ਹੋਇਆ ਨਾ ਕਿਧਰੇ ਡਿਸਕਸ ਹੋਇਆ, ਚੁੱਪ ਚਾਪ ਐਗਜ਼ੈਕਟਿਵ ਆਰਡਰ ਨਾਲ ਪਾਸ ਕਰਤਾ, ਜਿਹੜੀ ਕਿ ਸਾਰੇ ਇੰਡੀਆ ਦੇ ਬੱਚਿਆਂ ਨੂੰ ਇਫੈਕਟ ਕਰਦੀ ਹੈ, ਜਿਹੜੀ ਫਾਰਮਰਸ ਨਾਲੋਂ ਵੀ ਜ਼ਿਆਦਾ ਇਫੈਕਟ ਜ਼ਿਆਦਾ ਜ਼ਰੂਰੀ ਹੈ। ਬਿਲਕੁਲ, ਐਜੂਕੇਸ਼ਨ ਪਾਲਿਸੀ ਜੇ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਤਾਂ ਸ਼ਾਇਦ ਤੁਸੀਂ ਐਜੂਕੇਸ਼ਨ ਮਿਨਿਸਟਰ ਦਾ ਨਾਮ ਹੀ ਨਹੀਂ ਜਾਣਦੇ। ਜੇ ਆਮ ਬੰਦੇ ਨੂੰ ਪੁੱਛ ਲਿਆ ਜਾਏ ਕਿ ਕਿਹੜਾ ਐਜੂਕੇਸ਼ਨ ਮਿਨਿਸਟਰ ਹੈ ਇੰਡੀਆ ਦਾ, ਤੇ ਸ਼ਾਇਦ ਮੈਨੂੰ ਨਹੀਂ ਉਮੀਦ ਕਿ 1-2% ਵੀ ਲੋਕੀ ਦੱਸ ਸਕਣ ਕਿ ਕਿਹੜਾ ਬੰਦਾ। ਡਾਕਟਰ ਸਾਹਿਬ, ਇੰਡੀਆ ਨੂੰ ਛੱਡੋ, ਪੰਜਾਬ ਦੇ ਵਿੱਚ ਜਿਹੜਾ ਸਕੂਲ ਦੀ ਕੰਧ ਦੇ ਲਾਗੇ ਘਿਸਰਗੇ ਨਹੀਂ ਲੰਘੇ ਆ ਉਹਨੂੰ ਸਿੱਖਿਆ ਮੰਤਰੀ ਬਣਾਉਂਦੇ ਆ, ਹੁੰਦਾ ਨੇ ਤੁਹਾਡੇ ਸਾਹਮਣੇ ਜੀ? ਨਹੀਂ ਦੇਖੋ, ਇਹ ਤਾਂ ਨਹੀਂ, ਮੈਂ ਜੋਕ ਨਹੀਂ ਕਰ ਰਿਹਾ, ਬਿਲਕੁਲ ਸੱਚੀ ਗੱਲ ਹੈ ਜੀ। ਨਹੀਂ ਇਹ ਠੀਕ ਹੈ, ਹਾਂਜੀ, ਸਿੱਖਿਆ ਮੰਤਰੀ ਉਹੀ ਬਣਦਾ ਹੈ ਜਿਹੜਾ ਸਕੂਲ ਦੀ ਕੰਧ ਦੇ ਲਾਗੇ ਕਦੇ ਨਿਕਲਿਆ ਨਹੀਂ, ਉਹ ਸਿੱਖਿਆ ਮੰਤਰੀ ਹੈ। ਇੰਨਾ ਇਹਦੇ ਵਿੱਚ ਬਹੁਤ ਸਾਰੀਆਂ ਸਾਡੇ ਇਸ਼ੂਜ਼ ਹੈਗੇ ਆ, ਬਹੁਤ ਹੈਗੇ ਆ ਜਿਨ੍ਹਾਂ ਨੂੰ
ਜਿੱਦਾਂ ਐਗਰੀਕਲਚਰ ਮਿਨਿਸਟਰ ਐਗਰੀਕਲਚਰ ਨਹੀਂ ਕਰਦਾ ਬਿਲਕੁਲ ਤੇ ਐਸੇ ਤਰ੍ਹਾਂ ਹਰ ਮਿਨਿਸਟਰ ਜ਼ਰੂਰੀ ਨਹੀਂ ਕਿ ਤੁਹਾਨੂੰ ਮਿਨਿਸਟਰੀਆਂ ਲੈਣ ਦਾ ਤਰੀਕਾ ਹੋਰ ਹੁੰਦਾ ਉਹਦੇ ਵਿੱਚ ਐਜੂਕੇਸ਼ਨ ਜਾਂ ਕੋਈ ਚੀਜ਼ਾਂ ਨਹੀਂ ਦੇਖੀਆਂ ਜਾਂਦੀਆਂ ਜੀ ਬਿਲਕੁਲ ਔਰ ਸਾਡੇ ਜਿਹੜੇ ਐਜੂਕੇਸ਼ਨ ਮਿਨਿਸਟਰ ਹੈ ਉਹ ਕੋਲੰਬੀਆ ਯੂਨੀਵਰਸਿਟੀ ਕੋਲੰਬੋ ਯੂਨੀਵਰਸਿਟੀ ਸ੍ਰੀਲੰਕਾ ਤੋਂ PhD ਹੈ ਜੀ ਉਹ ਕਿੱਦਾਂ ਹੋਈ ਹੈ ਕੋਈ ਪਤਾ ਨਹੀਂ ਹੈ ਆਨਲਾਈਨ ਹੋਈ ਕਿ ਕੀ ਹੋਇਆ ਪਰ ਬੋਲਦੇ ਬਹੁਤ ਵਧੀਆ ਉਹਨਾਂ ਨੇ ਜਿੱਦਾਂ ਸਾਡੇ ਪ੍ਰਧਾਨ ਮੰਤਰੀ ਜੀ ਨਵੇਂ ਵਰਡਸ ਕੱਢਦੇ ਆ ਉਹਨਾਂ ਨੇ ਵੀ ਬਹੁਤ ਵਧੀਆ ਵਰਡਸ ਕੱਢੇ ਐਜੂਕੇਸ਼ਨ ਪਾਲਿਸੀ ਬਾਰੇ ਜਿਹਦੇ ਵਿੱਚ ਕੁਝ ਵਰਡਸ ਜਿਹੜੇ ਆ ਉਹਨਾਂ ਨੇ ਕਿਹਾ ਸੀ ਇੰਡੀਆ ਦੇ ਬੱਚਿਆਂ ਨੂੰ ਵਿਸ਼ਵ ਮਾਨਵ ਬਣਾਵਾਂਗੇ ਮਹਾਮਾਨਵ ਬਣਾਵਾਂਗੇ ਗਲੋਬਲ ਸਿਟੀਜ਼ਨ ਬਣਾਵਾਂਗੇ ਨੈਸ਼ਨਲ ਸਿਟੀਜ਼ਨ ਬਣਾਵਾਂਗੇ ਇਹੋ ਜਿਹੇ ਵਰਡਸ ਯੂਜ਼ ਕੀਤੇ ਗਏ ਤੇ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਕਿਹਾ ਕਿ ਅਸੀਂ ਇਕੁਐਲਿਟੀ ਇਨ ਐਜੂਕੇਸ਼ਨ ਲਿਆਵਾਂਗੇ ਜੀ ਹੁਣ ਥੋੜਾ ਜਿਹਾ ਮੈਂ ਇੱਥੇ ਆਉਣਾ ਚਾਹੁੰਦਾ ਕਿ ਇਹ ਸਰਕਾਰ ਵਿੱਚ ਜ਼ਰੂਰੀ ਨਹੀਂ ਕਿ ਸਾਡੇ ਚੀਫ ਪ੍ਰਾਈਮ ਮਿਨਿਸਟਰ ਸਾਹਿਬ ਹੀ ਗਲਤ ਬਿਆਨੀ ਕਰਨ ਜਾਂ ਕੁਝ ਕਰਨ ਮਿਨਿਸਟਰ ਵੀ ਕਰਦੇ ਆ ਕਿਉਂਕਿ ਜਦੋਂ ਬੌਸ ਕਰਦਾ ਉਹ ਵੀ ਬਹੁਤ ਕੁਝ ਕਰਦੇ ਆ ਬੜੀ ਫਿਗਰਸ ਡਿਸਟੋਰਟ ਕਰਕੇ ਦੱਸਣਗੇ ਬੜਾ ਕੁਝ ਹੋਏਗਾ ਤੇ ਇੰਨੀ ਚੀਜ਼ਾਂ ਹੋਣਗੀਆਂ ਕਿ ਤੁਸੀਂ ਹੈਰਾਨ ਹੋ ਜਾਓਗੇ ਕਿ ਬਜਟ ਨੋਰਮਲ ਦੁਨੀਆ ਵਿੱਚ ਜਿਹੜਾ ਬਜਟ ਹੈ ਐਜੂਕੇਸ਼ਨ ਦਾ ਉਹ ਜਿਹੜਾ ਬੈਸਟ ਕੰਟਰੀਜ਼ ਹੈ ਉੱਥੇ ਤਾਂ ਠੀਕ ਹੈ 10% ਤੱਕ ਵੀ ਹੈਗਾ ਅੱਛਾ ਪਰ ਐਵਰੇਜ ਯੂਨੈਸਕੋ ਜਾਂ ਜਿਹੜੀ ਕੰਟਰੀਜ਼ ਹੈ ਉਹ ਸਾਰੇ ਕਹਿੰਦੇ ਆ ਵੀ 6% ਆਫ GDP ਹੋਣਾ ਚਾਹੀਦਾ GDP ਦਾ 6% ਓਕੇ 6% ਐਜੂਕੇਸ਼ਨ ਦੇ ਉੱਤੇ ਖਰਚ ਹੋਣਾ ਚਾਹੀਦਾ ਤੇ ਇੰਡੀਆ ਜਿਹੜਾ ਮੈਂ ਭਾਰਤ ਦੇ ਅੰਕੜੇ ਜਾਣਨਾ ਚਾਹੁੰਦਾ ਤਕਰੀਬਨ 2% ਅੱਛਾ ਜੀ 2% GDP ਦਾ ਹਾਂਜੀ ਜਦ ਕਿ ਸਭ ਤੋਂ ਜ਼ਿਆਦਾ ਇਜ਼ਰਾਈਲ ਬਹੁਤ ਖਰਚ ਕਰਦਾ ਚਲੋ ਕਹਿ ਸਕਦੇ ਹਾਂ ਅਸੀਂ ਛੋਟਾ ਕੰਟਰੀ ਹੈ ਜਰਮਨੀ 6% ਕਰਦਾ ਕੈਨੇਡਾ ਈਵਨ 5% ਤੇ ਹੈਗਾ US ਬਹੁਤ ਹੈਗਾ ਸੋ ਇੰਨਾ ਖਰਚ ਇੰਡੀਆ ਜਿਹੜਾ ਉਹ ਇਨਫਰਾਸਟ੍ਰਕਚਰ ਐਜੂਕੇਸ਼ਨ ਲਈ ਇਸ ਤਰੀਕੇ ਨਾਲ ਇਹਦੇ ਵਿੱਚ ਸੈਲਰੀਆਂ ਹੈਗੀਆਂ ਡਿਵੈਲਪਮੈਂਟ ਹੈਗੀ ਸਭ ਕੁਛ ਹੈ ਤੇ ਇਸ ਸਾਲ ਜਿਹੜਾ ਬਜਟ ਦਿੱਤਾ ਗਿਆ ਬਜਟ ਉਹਨਾਂ ਨੇ ਕਿਉਂਕਿ ਡਾਕਟਰ ਸਾਹਿਬ 93,000 crore ਰੁਪਏ ਦਾ ਬਜਟ ਰੱਖਿਆ ਗਿਆ ਐਜੂਕੇਸ਼ਨ 93,000 crore ਓਕੇ ਜਿਹਦੇ ਵਿੱਚੋਂ 54,000 crore ਸਕੂਲ ਐਜੂਕੇਸ਼ਨ ਲਈ ਤੇ 38,000 crore ਹਾਇਰ ਐਜੂਕੇਸ਼ਨ 54,000 ਵਿੱਚ 11,000 crore ਮਿਡ ਡੇ ਮੀਲ ਦਾ ਇਨਕਲੂਡਿਵ ਹੈ ਇਹਦਾ ਮਤਲਬ ਜਿਹੜੀ ਭੁੱਖ ਮਰੀ ਹੈ ਉਹਨੂੰ ਉਹਨਾਂ ਨੇ ਐਜੂਕੇਸ਼ਨ ਵਿੱਚ ਪਾ ਦਿੱਤਾ ਅੱਛਾ ਭੁੱਖ ਮਰੀ ਨੂੰ ਫਿਰ ਤਾਂ 43 crore ਹੀ ਰਹਿ ਗਏ ਬਾਕੀ ਹਾਂ ਉਹ 11,000 crore ਜਿਹੜਾ ਹੈ ਮਿਡ ਡੇ ਮੀਲ ਵਾਲਾ ਉਹ ਐਜੂਕੇਸ਼ਨ ਦੇ ਬਜਟ ਵਿੱਚ ਪਿਆ ਹੋਇਆ ਓਕੇ ਉਹ ਤਾਂ ਫੂਡ ਸਿਕਿਉਰਿਟੀ ਹੈ ਬੱਚਿਆਂ ਨੂੰ ਫੂਡ ਦੇ ਰਹੇ ਹੋ ਤੁਸੀਂ ਕਿੰਨੀਆਂ ਯੂਨੀਵਰਸਿਟੀਆਂ ਚਲਾਓਗੇ ਤੇ ਕਿੰਨਾ ਕਾਲਜ ਚਲਾਓਗੇ ਤੇ ਕਿੰਨੇ ਸਕੂਲ ਚਲਾਓਗੇ ਜੀ ਕਿੰਨੇ ਕਮਰੇ ਬਣਾ ਸਕਦੇ ਹੋ ਕਿੰਨੇ ਟੀਚਰ ਰੱਖ ਸਕਦੇ ਹੋ ਕੀ ਕਰ ਸਕਦੇ ਹੋ ਆਂਗਨਵਾੜੀ ਦੀ ਫੁੱਲ ਟਾਈਮ ਜੋਬ ਲਈ ਜਿਹੜੀ ਸੈਲਰੀ ਹੈ ਉਹ 5,000 rupees ਮਹੀਨਾ ਔਰ ਉਹ ਆਂਗਨਵਾੜੀ ਇਸ ਵੇਲੇ ਪ੍ਰੋਟੈਸਟ ਕਰ ਰਹੇ ਆ ਇੰਡੀਆ ਅੱਛਾ ਜੀ ਹੁਣ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ 5,000 ਸੈਲਰੀ ਨਾਲ ਉਹ ਵਿਚਾਰੀ ਲੇਡੀ ਕਿੱਦਾਂ ਘਰ ਚਲਾਉਂਦੀ ਹੋਏਗੀ ਜੀ ਇਮੇਜਿਨ ਜਸਟ ਇਮੇਜਿਨ
ਯੂਨੀਵਰਸਿਟੀਆਂ ਦੇ ਵਿੱਚ ਸੈਂਟਰਲ ਯੂਨੀਵਰਸਿਟੀਜ਼ ਦੀ ਵੈਬਸਾਈਟ ਦੇ ਉੱਤੇ ਪਿਆ ਕਿ ਸੈਂਟਰਲ ਯੂਨੀਵਰਸਿਟੀ 50% ਪੋਜੀਸ਼ਨਸ ਖਾਲੀ ਪਈਆਂ ਹੋਈਆਂ। ਅੱਛਾ ਜੀ, ਤੇ ਟੀਚਰ ਹੀ ਨਹੀਂ ਹੋਣਗੇ ਤੇ ਕਿੱਦਾਂ ਕਰਾਂਗੇ? अच्छा डॉक्टर साहब, जेड़ा असी गल करते हैं जदों रिसर्च खोज या उचेरी पढ़ाई जी करते हैं, यदा किन्ना क म्यार आ भारत में, की म्यार आ इसका? हाँ जी, हूँ असी एनू एनू देखने लई सानू दो दो चीज़ा दो तीन चीज़ा ध्यान रखनी पड़ेगी जी। सारे बच्चे जड़े इत्थे आंदे आ एजुकेशन, जड़े बच्चे पढ़न आंदे आ नॉर्मली, जड़े मास्टर्स कराउंदे आ ओह तां बड़े क्लीयर हैगे आ, बैचुलर वाले भावे ना क्लीयर होन पर मास्टर्स वाले सारे क्लीयर है। वो देखते हैं कि यूनिवर्सिटीज की रैंकिंग किदा, ऑल ओवर द वर्ल्ड सारिया यूनिवर्सिटीज की रैंकिंग की जाती है। हुण रैंकिंग जड़ी है वह म्यार नू रख के की जाती है टोटल। हुण म्यार किन्ना जी, इंडिया जड़े 500 उपरले हैगे उदे विच इंडिया दा कोई इंस्टीट्यूशन नहीं है। अच्छा जी, उपरले 500 च तां जमा ही ना है नीगा, ना जड़ा फर्स्ट ना आंदा वो इंडियन इंस्टीट्यूट ऑफ साइंस बेंगलोर दा आंदा, आईआईटी नहीं, आईआईएस, आईआईएस ओके, वो पिछले साल दी रिपोर्ट दे विच वो तकरीबन 534वें का नंबर से है। वाह जी वाह, दुनिया की सैकेंड लार्जेस्ट आबादी ते एजुकेशन दे मामले च 534वां नंबर। हाँ, जदों तुसी फीस देखी जाए ता फीस इंडिया विच यूनिवर्सिटियां दी तकरीबन 19 की है जिन्नी कथे हैगी है। अच्छा जी, हुण मैं तुहानू एक आंकड़ा होर देना, 18-19 विच 7,53,000 स्टूडेंट इंडिया तो बाहर पढ़न गया। 7,53,000 एक गवर्नमेंट दी वेबसाइट ते पिया। अच्छा जी, ते आरबीआई दी वेबसाइट ते पिया कि जिन्ना पैसा उन्होंने फीस और होस्टल लई दिता वो तकरीबन 1.5 लाख करोड़ हैगा। 1.5 लाख करोड़ इंडिया का बजट कितना टोटल हायर एजुकेशन का? 38,000 करोड़। वाह, 1.5 लाख करोड़ बच्चे बाहर जाके पढ़ रहे ने। नहीं, 1.5 लाख करोड़ बाहर जाके पैसा लाउंदे ने, खर्च कीता पढ़न वास्ते। ओ माय गॉड, ते इंडिया टोटल का बजट 38,000 करोड़ है। वाह, मले हारे जान नु दिल करो कितना इंबैलेंस है। ਤੁਸੀਂ ਗਿਣਤੀ ਦੱਸੀ ਡਾਕਟਰ ਸਾਹਿਬ ਕਿ ਕਿੰਨੇ ਵਿਦਿਆਰਥੀ ਬਾਹਰਲੇ ਮੁਲਕਾਂ 'ਚ ਪੜ੍ਹਨ ਜਾ ਰਹੇ ਨੇ ਅਤੇ ਕਿਉਂ ਜਾ ਰਹੇ ਨੇ, ਮੇਰਾ ਸਵਾਲ ਆ ਕਿ ਕਿਉਂ ਜਾ ਰਹੇ ਨੇ ਜੇ 38,000 ਕਰੋੜ ਜਿਹੜਾ ਉੱਥੇ ਦਾ ਖਰਚਾ ਆ ਅਤੇ 150 ਕਰੋੜ ਜਿਹੜਾ ਜਿਹੜਾ ਉੱਥੇ ਦਾ ਤੁਸੀਂ 150 ਲੱਖ ਕਰੋੜ 150 ਲੱਖ ਕਰੋੜ ਜਿਹੜਾ ਤੁਸੀਂ ਉੱਥੇ ਦਾ ਦੱਸਿਆ ਹੈ ਵੀ ਬਾਹਰ ਆਉਣ ਦਾ ਖਰਚਾ ਆ ਬੱਚਿਆਂ ਦਾ, ਅਤੇ ਫਿਰ ਬਾਹਰ ਨੂੰ ਕਿਉਂ ਆ ਰਹੇ ਆ? ਹੁਣ ਇਹਦਾ ਮਤਲਬ ਇੰਡੀਆ ਦਾ ਪੈਸਾ ਬਾਹਰ ਯੂਜ਼ ਹੋ ਰਿਹਾ ਨਾ, ਇੰਡੀਆ 'ਚ ਅੰਦਰ ਨਹੀਂ ਯੂਜ਼ ਹੋ ਰਿਹਾ। ਤੁਸੀਂ ਇਕਨੋਮਿਕ ਕੰਡੀਸ਼ਨ ਦੀ ਪਹਿਲੇ ਗੱਲ ਕੀਤੀ ਸੀ ਜੀ, ਕਿ ਐਜੂਕੇਸ਼ਨ ਇਕਨੋਮੀ ਨੂੰ ਕਿੱਦਾਂ ਇਫੈਕਟ ਕਰਦੀ ਹੈ ਜੀ। ਆ ਤੁਸੀਂ ਦੇਖ ਲਓ ਕਿ ਜੇ ਉੱਥੋਂ ਦਾ ਪੈਸਾ ਇੱਥੇ ਆ ਕੇ ਯੂਜ਼ ਹੋ ਰਿਹਾ ਹੈ, ਉੱਥੇ ਤਾਂ ਨਹੀਂ ਯੂਜ਼ ਹੋ ਰਿਹਾ। ਵਾਹ ਜੀ, ਤੇ ਤਾਂ ਨਹੀਂ ਇਨਵੈਸਟ ਹੋ ਰਿਹਾ ਉਹ ਪੈਸਾ ਤੁਹਾਨੂੰ ਕੈਨੇਡਾ ਨੂੰ, ਆਸਟ੍ਰੇਲੀਆ ਨੂੰ, ਯੂਐਸ ਨੂੰ, ਜਰਮਨੀ ਨੂੰ, ਜਿਹਨੂੰ ਵੀ ਮਿਲ ਰਿਹਾ जी। अच्छा, क्यों आ रहे हैं? अगला क्वेश्चन बड़ा इंपॉर्टेंट है जी। क्वेश्चन दो, ऐदे विच दो कारण मेन देखे गए। एक ये देखा गया कि जड़े बच्चे क्वालिफाई करते हैं और उत्थे बह के पढ़ना चाहते हैं उदा खर्चा भी उन्ना है ते इत्थे दा खर्चा भी उन्ना, उन्ना बराबर दा। हां जी, ते इत्थे दा मियार पहले मैं कह गया कि 500 तो उपर कोई भी यूनिवर्सिटी साड़ी है ही नहीं। ओके, जबकि कैनेडा दिया भी जे मैं कैनेडा दी भी फिगर ले लवां, मे बी आई हैव दैट फिगर। अच्छा जी, ये तो मतलब ये है भी कैनेडा भी
ਕੰਪੈਰੀਜ਼ਨ ਟੂ ਇੰਡੀਆ ਤਾਂ ਵਾਕਈ ਕਾਫੀ ਕੈਨੇਡਾ ਦੀਆਂ ਉੱਪਰਲੇ 500 ਦੇ ਵਿੱਚ 24 ਯੂਨੀਵਰਸਿਟੀਆਂ ਅੱਛਾ ਜੀ ਸੋ 24 ਯੂਨੀਵਰਸਿਟੀਆਂ ਉਸ 500 ਦੇ ਵਿੱਚ ਆਉਂਦੀਆਂ ਕੈਨੇਡਾ ਦੀਆਂ 500 ਜੀ ਤੇ ਭਾਰਤ 534 ਵਿੱਚ ਆਉਂਦੀ ਹੈ ਜਾ ਕੇ ਹਾਂ ਪਹਿਲੀ ਭਾਰਤ 0 ਹੈ 500 ਦੇ ਵਿੱਚ ਵੀ 0 ਹੈ ਜੇ ਮੈਂ ਪੈਸੇ ਸੇਮ ਖਰਚਣੇ ਆ ਮੈਂ ਕਿਉਂ ਨਾ ਚੰਗੀ ਯੂਨੀਵਰਸਿਟੀ ਵਿੱਚ ਜਾਵਾਂ ਮੈਂ ਕਿਉਂ ਮਾੜੀ ਯੂਨੀਵਰਸਿਟੀ ਵਿੱਚ ਜਾਵਾਂ ਇਹ ਪਹਿਲਾ ਕਾਰਨ ਬੱਚਿਆਂ ਦਾ ਬਾਹਰ ਆਉਣ ਦਾ ਹਾਂਜੀ ਦੂਜਾ ਕਾਰਨ ਜਿਹੜੇ ਬੱਚੇ ਪੜ੍ਹ ਲਿਖ ਵੀ ਜਾਂਦੇ ਆ ਉਹਨਾਂ ਨੂੰ ਅੱਗੇ ਜੌਬ ਨਹੀਂ ਮਿਲਦੀ ਇਹ ਦੂਜਾ ਕਾਰਨ ਆ ਜਿਹੜੀ ਇਹਦੀ ਸਟੈਟਿਸਟਿਕਸ ਆਈ ਹੈ ਗਵਰਨਮੈਂਟ ਦੀ ਸਟੈਟਿਸਟਿਕਸ ਹੈਗੀ ਕਿ 93% ਜਿਹੜੇ ਮੈਨੇਜਮੈਂਟ ਗ੍ਰੈਜੂਏਟਸ ਆ ਉਹ ਵਿਹਲੇ ਆ 93% ਤੇ 70% ਇੰਜੀਨੀਅਰਸ ਜਿਹੜੇ ਕੁਆਲੀਫਾਈਡ ਇੰਜੀਨੀਅਰਸ ਆ ਉਹ ਵਿਹਲੇ ਆ ਸੋ ਇਹ ਬਹੁਤ ਵੱਡਾ ਕਾਰਨ ਹੈ ਜੇ ਮੈਂ ਪੜ੍ਹ ਕੇ ਵੀ ਗਿਆ ਤੇ ਫਿਰ ਮੈਨੂੰ ਜੌਬ ਨਹੀਂ ਮਿਲਣੀ ਜੇ ਮੈਂ ਅਫੋਰਡ ਕਰ ਸਕਦਾ ਤੇ ਮੈਂ ਕਿਉਂ ਨਾ ਬਾਹਰ ਜਾਵਾਂ ਇੱਕ ਮਿੰਟ ਇੱਥੇ ਰੁਕੋ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਯੂਨੀਵਰਸਿਟੀਆਂ ਦਾ ਲੈਵਲ ਬਹੁਤ ਥੱਲੇ ਹੈ ਆਈਆਈਟੀ ਦੇ ਪੜ੍ਹੇ ਹੋਏ ਬੈਂਗਲੌਰ ਦੇ ਬੱਚੇ ਨੇ ਜਿਹੜੇ ਉਹ ਤਾਂ ਅੱਧੇ ਅਮਰੀਕਾ ਨੂੰ ਚਲਾ ਰਹੇ ਨੇ ਬੜਾ ਵੱਡਾ ਸਵਾਲ ਪੈਦਾ ਹੁੰਦਾ ਹੈ ਬਿਲਕੁਲ ਹੁਣ ਮੈਂ ਉੱਤੇ ਉਹ ਆਉਂਦਾ ਜੀ ਜਿਹੜੇ ਅਮਰੀਕਾ ਚਲਾ ਰਹੇ ਆ ਇਹ ਜੇ ਤੁਸੀਂ ਹੁਣ ਪਿੱਛੋਂ ਚੱਲੋ ਕਿ ਅੱਜ ਤੋਂ 25 ਸਾਲ ਪਹਿਲਾਂ 30 ਸਾਲ ਪਹਿਲਾਂ 40 ਸਾਲ ਪਹਿਲਾਂ ਕਿੰਨੇ ਸੀਗੇ ਜਿਹੜੇ 500 ਦੇ ਵਿੱਚ ਸੀ ਜਾਂ 200 ਦੇ ਵਿੱਚ ਸੀ ਜਾਂ 100 ਵਿੱਚ ਸੀ ਜੀ ਤੇ ਸੀਗੇ ਇਹ ਨਹੀਂ ਕਿ ਨਹੀਂ ਸੀਗੇ ਇਹ ਨਹੀਂ ਕਿ ਹਮੇਸ਼ਾ 500 ਤੋਂ ਰਹੇ ਆ ਮੈਂ ਜਿਹੜੀ ਰੈਂਕਿੰਗ ਲੈ ਰਿਹਾ ਉਹ 2020 ਦੀ ਲੈ ਰਿਹਾ ਅੱਛਾ ਜੀ ਜੇ ਮੈਂ 1970 ਦੀ ਲਵਾਂਗਾ ਤੇ ਉਸ ਵੇਲੇ ਹੋ ਸਕਦਾ 10 ਇੰਸਟੀਟਿਊਸ਼ਨ ਇੰਡੀਆ ਦੇ ਐਸੇ ਹੁਣ ਜਿਹੜੇ ਉੱਪਰਲੇ 200 ਵਿੱਚ ਹੋਣ ਓਕੇ ਉਹ ਚਲਾ ਰਹੇ ਆ ਇਹ ਨਹੀਂ ਕਿ ਉਹਨਾਂ ਵਿੱਚੋਂ ਜਿਹੜੇ ਈਵਨ 500 ਵਿੱਚੋਂ ਨਿਕਲੇਗਾ ਉਹ ਇੰਨਾ ਡਲ ਤਾਂ ਨਿਕਲੇਗਾ ਨਹੀਂ ਉਹ ਫਿਰ ਵੀ ਕੁਝ ਨਾ ਕੁਝ ਤਾਂ ਚੰਗਾ ਨਿਕਲੇਗਾ ਜੀ ਸੋ ਉੱਪਰ ਆਉਂਦੇ ਆ ਮੈਂ ਇਹਨੂੰ ਐਕਸੈਪਸ਼ਨਸ ਪ੍ਰੂਵ ਦੀ ਰੂਲ ਓਕੇ ਉਹਨਾਂ ਵਿੱਚੋਂ ਜਿਹੜੇ ਚੰਗੇ ਆ ਲੱਕੀ ਆ ਜਾਂ ਕਿਸੇ ਤਰੀਕੇ ਨਾਲ ਵੀ ਆ ਚਲਾ ਰਹੇ ਆ ਬਹੁਤ ਵਧੀਆ ਗੱਲ ਆ ਬਹੁਤ ਅੱਛੇ ਥਾਂ ਤੇ ਪਹੁੰਚ ਗਏ ਆ ਆਪਣੇ ਆਪਣੀ ਥਾਂ ਤੇ ਪਰ ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਹਾਂ ਅਸੀਂ ਇੱਕ ਜਨਰਲ ਸਟੈਟ ਲੈ ਕੇ ਕਰ ਰਹੇ ਬਿਲਕੁਲ ਕਿ ਓਵਰਆਲ ਕੀ ਹੋ ਰਿਹਾ ਸੋ ਓਵਰਆਲ ਵਿੱਚ ਜਦੋਂ ਇੰਨੀ ਇਹ ਦੋ ਕਾਰਨ ਮੇਨ ਹੈ ਤੁਸੀਂ ਕੈਨੇਡਾ 'ਚ ਵੀ ਦੇਖਦੇ ਹੋ ਕਿ ਕਿੱਦਾਂ ਫਟਾਫਟ ਸਟੂਡੈਂਟ ਆ ਰਹੇ ਹੈ ਦੇਖ ਰਹੇ ਹੋ ਨਾ ਜੀ ਬਿਲਕੁਲ ਬਹੁਤ ਵੱਡੀ ਤਾਦਾਦ ਦੇ ਵਿੱਚ ਹੁਣ ਦੂਜੀ ਅਗਲੀ ਗੱਲ ਇਹ ਹੈ ਪ੍ਰਾਈਵੇਟਾਈਜੇਸ਼ਨ ਇੰਡੀਆ ਵਿੱਚ ਬਹੁਤ ਜ਼ਿਆਦਾ ਕਰ ਦਿੱਤੀ ਹੈ ਹਾਂ ਇਹੀ ਗੱਲ ਮੈਂ ਅੱਗੇ ਲਿਆਉਣਾ ਚਾਹੁੰਦਾ ਸੀ ਕਿ ਭਾਰਤ ਦੇ ਵਿੱਚ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਦੀ ਪ੍ਰਾਈਵੇਟਾਈਜੇਸ਼ਨ ਬਹੁਤ ਹੋ ਰਹੀ ਹੈ ਨਿੱਜੀਕਰਨ ਵਾਲਾ ਹੋ ਰਿਹਾ ਉਹਦਾ ਕਿੰਨਾ ਕਸਰ ਪੈ ਰਿਹਾ ਇਹ ਜਾਣਨਾ ਚਾਹੁੰਦਾ ਸੀ ਅਸਲ ਹੁਣ ਤੁਸੀਂ ਅਸੀਂ ਸਾਰੇ ਜਣੇ ਇੱਥੇ ਬੈਠ ਕੇ ਕਹਿੰਦੇ ਆ ਜੀ ਮੰਡੀਆਂ ਦਾ ਨਿੱਜੀਕਰਨ ਕਰਤਾ FCI ਦਾ ਨਿੱਜੀਕਰਨ ਕਰਤਾ ਕਿ ਐਜੂਕੇਸ਼ਨ ਦਾ ਨਿੱਜੀਕਰਨ ਕਿੰਨਾ ਹੋ ਰਿਹਾ ਮੈਂ ਇੱਥੇ ਇੱਕ ਰੈਫਰੈਂਸ ਦੇਣਾ ਚਾਹੁੰਦਾ ਅੱਜ ਤੋਂ 3 ਸਾਲ ਪਹਿਲੇ ਜੀ ਗਵਰਨਮੈਂਟ ਨੇ ਸਕੀਮ ਅਨਾਊਂਸ ਕੀਤੀ ਕਿ ਅਸੀਂ 20,000 ਕਰੋੜ ਰੁਪਿਆ 5 ਯੂਨੀਵਰਸਿਟੀਆਂ ਨੂੰ ਦਾਂਗੇ ਜਿਹੜੀਆਂ ਸੈਂਟਰ ਆਫ ਐਕਸਲੈਂਸ ਹੋਣਗੀਆਂ ਜੀ ਇਹ ਇੰਡੀਅਨ ਗਵਰਨਮੈਂਟ ਦੀ ਅਨਾਊਂਸਮੈਂਟ ਹੈ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਕੀਤੀ ਜੀ ਤੁਹਾਨੂੰ ਹੈਰਾਨੀ ਹੋਏਗੀ ਕਿ ਜਿਹੜਾ ਪਹਿਲੀ ਵਾਰੀ 5 ਯੂਨੀਵਰਸਿਟੀਆਂ ਸਿਲੈਕਟ ਕੀਤੀਆਂ ਗਈਆਂ ਉਹਨਾਂ ਵਿੱਚੋਂ 1 ਯੂਨੀਵਰਸਿਟੀ ਐਸੀ ਸੀ ਜਿਹਦੀ ਜ਼ਮੀਨ ਵੀ ਨਹੀਂ ਸੀ ਲਿੱਤੀ ਗਈ ਜੀ ਔਰ ਓਨਡ ਬਾਏ ਸਿਰਫ ਉਹਨੂੰ ਡਾਕੂਮੈਂਟ ਦਿੱਤੇ ਗਏ ਸੀ ਓਨਡ ਬਾਏ ਨੀਤਾ ਅੰਬਾਨੀ ਵਾਈਫ ਆਫ ਮੁਕੇਸ਼ ਅੰਬਾਨੀ ਇਹ ਸੈਂਟਰ ਆਫ ਐਕਸਲੈਂਸ ਯੂਨੀਵਰਸਿਟੀ ਹੈ ਜਿਹੜੀ ਅਜੇ ਸਿਰਫ ਜ਼ਮੀਨ ਵੀ ਨਹੀਂ ਲਿੱਤੀ ਗਈ ਉਹਨੂੰ ਸੈਂਟਰ ਆਫ ਐਕਸਲੈਂਸ ਡਿਕਲੇਅਰ ਕਰਤਾ ਗਿਆ
ਇਹ ਹੈ ਸਿਲੈਕਟਿਵ ਵੇ ਕਿਸ ਤਰੀਕੇ ਨਾਲ ਐਜੂਕੇਸ਼ਨ ਨੂੰ ਚੇਂਜ ਕੀਤਾ ਜਾਂਦਾ ਜੀ ਐਜੂਕੇਸ਼ਨ ਦੇ ਵੱਡੇ ਵੱਡੇ ਇੰਸਟੀਟਿਊਸ਼ਨ ਜੇ ਅਸੀਂ ਪੰਜਾਬ ਹੀ ਦੇਖੀਏ ਤੇ ਪੰਜਾਬ ਵਿੱਚ ਕਿੰਨੀਆਂ ਯੂਨੀਵਰਸਿਟੀਆਂ ਪ੍ਰਾਈਵੇਟ ਬਣ ਗਈਆਂ ਸ਼ਾਇਦ ਕੁਲਦੀਪ ਸਿੰਘ ਜਦੋਂ ਪੜ੍ਹਦੇ ਹੋਣ ਉਦੋਂ 3 ਜਾਂ 4 ਯੂਨੀਵਰਸਿਟੀਆਂ ਹੁੰਦੀਆਂ ਸੀ ਸਾਡੇ ਵੇਲੇ ਵੀ 4 ਹੁੰਦੀਆਂ ਸੀ ਉਹ ਵੀ ਸਰਕਾਰੀ ਹੁੰਦੀਆਂ ਸੀ ਬਿਲਕੁਲ 1969 ਵਿੱਚ ਗੁਰੂ ਨਾਨਕ ਯੂਨੀਵਰਸਿਟੀ ਬਣੀ ਸੀ ਬਿਲਕੁਲ 500 ਸਾਲਾਂ ਤੇ ਉਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਸੀ ਤੇ ਪੰਜਾਬੀ ਯੂਨੀਵਰਸਿਟੀ ਸੀ ਤੇ ਇੱਕ ਐਗਰੀਕਲਚਰ ਯੂਨੀਵਰਸਿਟੀ ਬਸ 4 ਯੂਨੀਵਰਸਿਟੀਆਂ ਸੀ ਪੰਜਾਬ ਦੇ ਵਿੱਚ ਹੋਰ ਕੋਈ ਯੂਨੀਵਰਸਿਟੀ ਨਹੀਂ ਸੀ ਬਿਲਕੁਲ ਤੇ ਅੱਜ ਦੀ ਡੇਟ ਵਿੱਚ ਉੱਥੇ ਕਿੰਨੀਆਂ ਯੂਨੀਵਰਸਿਟੀਆਂ ਤੁਹਾਨੂੰ ਇੱਕ ਇੱਕ ਸ਼ਹਿਰ 'ਚ ਦੋ ਦੋ ਮਿਲਣਗੇ ਜੀ ਬਿਲਕੁਲ ਜੀ ਡਾਕਟਰ ਸਾਹਿਬ ਸਮਾਂ ਜਿਹੜਾ ਸਾਡਾ ਬਹੁਤ ਤੇਜ਼ ਜਾ ਰਿਹਾ ਅਤੇ ਅਸੀਂ ਚਾਹਾਂਗੇ ਮੈਂ ਲਾਸਟ ਸਵਾਲ ਤੁਹਾਤੋਂ ਪੁੱਛਣਾ ਚਾਹੂੰਗੀ ਕਿ ਜਿਹੜਾ ਅਸੀਂ ਅੱਜ ਐਜੂਕੇਸ਼ਨ ਦੀ ਗੱਲ ਕਰ ਰਹੇ ਸੀ ਇਹਦਾ ਕਿਸਾਨ ਅੰਦੋਲਨ ਦੇ ਨਾਲ ਕੀ ਸੰਬੰਧ ਹੈ ਹੁਣ ਅਸੀਂ ਗੱਲ ਕਰ ਚੁੱਕੇ ਹਾਂ ਪ੍ਰਾਈਵੇਟਾਈਜੇਸ਼ਨ ਆਫ ਐਜੂਕੇਸ਼ਨ ਦੀ ਜੀ ਕਿਸਾਨ ਨੇ ਆਪਣੇ ਬੱਚੇ ਨਹੀਂ ਪੜ੍ਹਾਉਣੇ ਉਹ ਖਰਚਾ ਕਿੱਥੋਂ ਲਿਆਵੇ ਜੀ ਕਿਸਾਨ ਨਾਲੇ ਐਜੂਕੇਸ਼ਨ ਨਾਲ ਸਭ ਤੋਂ ਵੱਡੀ ਇੰਪੋਰਟੈਂਟ ਇਸ਼ੂ ਹੁੰਦਾ ਹੈ ਕਿ ਜੇ ਐਜੂਕੇਸ਼ਨ ਸੋਸਾਇਟੀ 'ਚ ਵੱਧਦਾ ਹੈ ਤਾਂ ਪਹਿਲਾ ਗੱਲ ਹੁੰਦੀ ਹੈ ਕਿ ਕੁਐਸਚਨ ਕਰਨਾ ਆਉਂਦਾ ਨਿਰਭੋ ਬਣਦਾ ਨਿਡਰ ਬਣਦਾ ਨਿਰਵੈਰ ਬਣਦਾ ਕਮਿਊਨਿਟੀ ਲਈ ਕੰਮ ਕਰਦਾ ਹਿਊਮੈਨਿਟੀ ਲਈ ਕੰਮ ਕਰਦਾ ਜੇ ਐਜੂਕੇਸ਼ਨ ਸਿਸਟਮ ਨੂੰ ਖਤਮ ਕਰਤਾ ਜਾਏ ਤੇ ਕਿਸਾਨੀ ਵੀ ਖਤਮ ਤੇ ਸਭ ਕੁਝ ਨਾਲ ਦੀ ਨਾਲ ਤੁਹਾਨੂੰ ਉਹ ਲੇਬਰ ਕਲਾਸ ਅਸੀਂ ਗੱਲ ਕੀਤੀ ਕਿੱਦਾਂ ਲੇਬਰ ਬਣਾਇਆ ਜਾਣਾ ਉਹ ਲੇਬਰ ਬਣਾਉਣ ਦੇ ਵੱਲ ਧੱਕਿਆ ਜਾਏਗਾ ਸਾਰਿਆਂ ਇਹੀ ਕਰ ਰਹੇ ਆ ਤੁਹਾਡੀ ਕੀ ਕਹਿੰਦਾ ਕਿਸਾਨ ਕਿ ਮੇਰੀ ਜ਼ਮੀਨ ਵੇਚ ਕੇ ਮੈਨੂੰ ਲੇਬਰ ਬਣਾਓਗੇ ਕਹਿੰਦਾ ਕਿ ਨਹੀਂ ਕਹਿੰਦਾ ਬਿਲਕੁਲ ਇਹੀ ਰੌਲਾ ਪਾ ਰਿਹਾ ਇਹੀ ਰੌਲਾ ਪਾ ਰਿਹਾ ਇਹੀ ਐਜੂਕੇਸ਼ਨ ਵਿੱਚ ਰੌਲਾ ਜਦ ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਨਹੀਂ ਹੋਏਗੀ ਅੱਗੇ ਨਹੀਂ ਵਧਣਗੇ ਕੁਝ ਨਹੀਂ ਹੋਏਗਾ ਤੁਸੀਂ ਤਕੇਤ ਸਾਹਿਬ ਨੂੰ ਇੱਥੇ ਲਿਆਂਦਾ ਉਹਨਾਂ ਨੇ ਕਿਹਾ ਨਾ ਮੈਨੂੰ ਗਣਿਤ ਦਾ ਮਾਸਟਰ ਚਾਹੀਦਾ ਜਿਹੜਾ ਮੈਨੂੰ ਸਮਝਾਏ ਕਿੱਦਾਂ ਪ੍ਰਾਈਸ ਵਧਦੀ ਆ ਜੀ ਇਹ ਐਜੂਕੇਸ਼ਨ ਦਾ ਬੈਨੀਫਿਟ ਹੈ ਤੇ ਜੇ ਐਜੂਕੇਸ਼ਨ ਖਤਮ ਕਰਤੀ ਜਾਏ ਇੱਥੇ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਜੀ ਕਿ ਸਾਰੀਆਂ ਸੈਂਟਰਲ ਯੂਨੀਵਰਸਿਟੀਜ਼ ਦਾ ਜਿੰਨਾ ਬਜਟ ਹੈ ਸਾਰੀਆਂ ਸੈਂਟਰਲ ਯੂਨੀਵਰਸਿਟੀਜ਼ ਦਾ ਭਾਰਤ ਦੀਆਂ ਜਿੰਨੇ ਆਈਆਈਟੀਜ਼ ਦਾ ਬਜਟ ਹੈ ਉਹ ਸਿਰਫ 6,000 ਕਰੋੜ ਹੈ ਓਕੇ ਤੇ ਯੂਐਸ ਦੀ ਇੱਕ ਸਟੈਨਫੋਰਡ ਯੂਨੀਵਰਸਿਟੀ ਲਾ ਲਓ ਉਹਦਾ ਬਜਟ ਜਿਹੜਾ 38,000-40,000 ਕਰੋੜ ਹੈ ਜਿੰਨਾ ਇੰਡੀਆ ਦਾ ਟੋਟਲ ਬਜਟ ਹੈ ਉਨਾ ਇੱਕ ਯੂਨੀਵਰਸਿਟੀ ਦਾ ਬਜਟ ਹੈ ਇਸੇ ਕਰਕੇ ਬੱਚੇ ਬਾਹਰਲੇ ਮੁਲਕਾਂ 'ਚ ਆਉਂਦੇ ਨੇ ਉਹਨਾਂ ਨੂੰ ਪਤਾ ਆ ਕਿ ਜੇ ਉਹ ਉੱਚ ਵਿੱਦਿਆ ਮਿਆਰੀ ਕਿਸੇ ਵਧੀਆ ਯੂਨੀਵਰਸਿਟੀ ਕਾਲਜ ਤੋਂ ਲੈਣਗੇ ਤੇ ਅੱਗੇ ਉਹਨਾਂ ਦੀ ਜ਼ਿੰਦਗੀ ਸੁਖਾਵੀਂ ਰਹੇਗੀ ਤੇ ਨੌਕਰੀ ਵੀ ਢੁੱਕਵੀਂ ਮਿਲੇਗੀ ਬਲਜਿੰਦਰ ਜੀ ਦੇਖੋ ਇੱਕ ਯੂਨੀਵਰਸਿਟੀ ਸਟੈਨਫੋਰਡ ਦੀ ਇੱਕ ਯੂਨੀਵਰਸਿਟੀ ਉਹਦਾ ਬਜਟ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਨਾਲੋਂ ਵੱਧ ਹੈ ਸਾਰਿਆਂ ਨੂੰ ਰਲਾ ਕੇ ਉਹਦੇ ਨਾਲੋਂ ਜ਼ਿਆਦਾ ਤੇ ਜੋ ਹਾਰਵਰਡ ਜਾਂ MIT ਜਾਂ ਵੱਡੀਆਂ ਯੂਨੀਵਰਸਿਟੀਆਂ ਇੱਕ ਸਟੂਡੈਂਟ ਤੇ ਖਰਚ ਕਰ ਦਿੰਦੀਆਂ ਉਹ ਕੱਲੇ ਸਾਰੇ IIT ਦਿੱਲੀ ਦੇ ਬਜਟ ਨਾਲੋਂ ਜ਼ਿਆਦਾ ਅੱਛਾ ਇੱਕ ਜਾਂਦੇ ਜਾਂਦੇ ਡਾਕਟਰ ਸਾਹਿਬ ਤੁਸੀਂ PAU ਦੇ ਵਿੱਚ ਅੱਜ ਕੱਲ੍ਹ ਤਾਂ ਬੜੀ ਮੁਸ਼ਕਲ ਆ ਰਹੀ ਹੈ ਯੂਨੀਵਰਸਿਟੀ ਦੇ ਵਿੱਚ ਜਦੋਂ ਗੱਲ ਕਰਦੇ ਆ ਕੋਈ ਪ੍ਰੋਜੈਕਟ ਬਣਾਉਣਾ ਹੁੰਦਾ ਉਹ ਕਹਿੰਦੇ ਸਾਡੇ ਕੋਲ ਬਜਟ ਨਹੀਂ ਤੁਸੀਂ PAU ਦੇ ਵਿੱਚੋਂ ਸਾਇੰਟਿਸਟ ਦੀ ਡਿਗਰੀ ਲਈ ਹੈ ਅੰਡਰਗਰਾਊਂਡ ਪਾਣੀਆਂ ਦੀ ਉਦੋਂ ਬਜਟ ਦੀ ਉਸ ਵਕਤ ਉਹਨਾਂ ਸਮਿਆਂ ਦੇ ਵਿੱਚ ਵੀ ਬਜਟ ਦੀ ਮੁਸ਼ਕਲ ਹੁੰਦੀ ਸੀ ਜਾਂ ਅੱਜ ਜ਼ਿਆਦਾ ਹੋ ਰਹੀ ਹੈ ਮੈਨੂੰ ਮੇਰੀ ਆਪਣੀ ਇਹ ਮੇਰਾ ਨਿੱਜੀ ਤਜਰਬਾ ਹੈ ਮੈਨੂੰ ਕਿਸੇ ਕਿਸਮ ਦੀ ਬਜਟ ਦੀ ਕਦੀ ਵੀ ਕੋਈ ਦਿੱਕਤ ਨਹੀਂ ਆਈ ਅੱਛਾ ਮੇਰੇ ਹੈਡ ਆਫ ਦੀ ਡਿਪਾਰਟਮੈਂਟ ਮੈਂ 1976 ਤੋਂ 81 ਦੇ ਵਿੱਚ ਮੈਂ PhD ਕੀਤੀ ਜੀ ਔਰ ਮੇਰਾ ਕਾਫੀ ਪੈਸਾ ਲੱਗਦਾ ਸੀ ਉਸ ਵੇਲੇ IT ਇੰਡਸਟਰੀ 'ਚ ਉਸ ਵੇਲੇ ਕੰਪਿਊਟਰਸ ਦੇ ਉੱਤੇ ਤੇ ਮੈਨੂੰ ਨਹੀਂ ਕੋਈ ਵੀ ਉਮੀਦ ਕਿ ਮੇਰੇ ਜਿਹੜੇ ਹੈਡ ਆਫ ਦੀ ਡਿਪਾਰਟਮੈਂਟ ਨੇ ਕਦੀ ਵੀ ਕਿਹਾ ਹੋਵੇ ਕਾਕਾ ਬਜਟ ਹੈ ਨਹੀਂ ਅੱਛਾ ਅਨਲਿਮਿਟਡ ਬਜਟ ਸੀ ਰਿਸਰਚ ਤੇਰੀ ਵਧੀਆ ਹੋਣੀ ਚਾਹੀਦੀ
मैं ते दस दिना कि रिसर्च जड़ी है मैं प्राइवेट इंडस्ट्री विच रिसर्च विच बहुत देर काम कीता तकरीबन 25-30 साल मैं इंडस्ट्री प्राइवेट इंडस्ट्री विच काम कीता यूएस विच सानू यूएस विच प्राइवेट इंडस्ट्री विच मेरा बॉस ये कहंदा सी शुरू विच कि रिसर्च इज द मोस्ट रिस्कियर पार्ट रिसर्च विच तुसी एक पास से चलते हो बाद ही पता लगता तुहाडी फेलियर होगी पर ये प्रूव करना कि ये फेलियर होगी उदे लई भी पैसा चाहिदा वाह बट रिस्क लेना सो गवर्नमेंट्स हैव टू टेक ए रिस्क जा प्राइवेट इंडस्ट्री रिस्क लवे इंडिया दी प्राइवेट इंडस्ट्री क्यों रिस्क लवे जी ते गवर्नमेंट रिस्क लैण नूं तैयार नहीं जी ते बजट एलोकेशन बिल्कुल खत्म सो ए एजुकेशन दा इन्ना बुरा हाल है और दिन ब दिन घटती जा रही है असी प्राइवेट स्कूलां विच बच्चियां नूं नहीं भेज सकदे क्योंकि उन्हां कोल इनकम ही नहीं जदों तुहाडी फार्मर्स दी इनकम एवरेज 14,000 रुपए पंजाब दे फार्मर्स दी भी ला लिए ते 17,000 रुपए महीना होएगी ओ 5-6,000 लई एक प्राइमरी दे बच्चा किद्दां पढ़ाएगा सो हाँ जी डॉक्टर साहब इहदा मतलब इह होया कि तुहाड़ी अज दी सारी गलबात तों निचोड़े निकलदा है कि गवर्नमेंट इस करके विद्यक अदारियां दा निजीकरण कर रही ने ता जो आम व्यक्ति है जिहड़ा वो अफोर्ड ना कर सके क्योंकि तुहाडे ते मेरे समयां दे विच ता मॉडल स्कूल बहुत थोड़े बड़े थोड़े हुंदे सी सरकारी प्राइमरी स्कूल सरकारी मिडल स्कूल सरकारी हाई स्कूल इस तरह के हायर सैकेंडरी स्कूल हुंदे सी तुहानू बड़े थोड़े स्कूल मिलते सी जिहड़े प्राइवेट सी अज तो सरकारी स्कूलों के बच्चे मैं पिछले दिन जो तो पिंड गया मैं जाके हाल देखे स्कूल दे वेचे, थोड़े बच्चे सरकारी स्कूल दे वेचे, जेड़े दरवाजे ताकिया नू पेंट मैं 60 साल पहला देखिया सी 60 साल बाद जाके उही देखिया पिंड दे सरपंच नू पुछिया भी की गल स्कूल दे वेचे इन्ने बच्चे घट क्यों ने कहिंदा जी साढ़े 12 बसा आउंदियां ने अलग अलग मॉडल स्कूलों तो सवेरे बच्चे वो चुक के लै जांदियां ने यानी कि पेरेंट्स 5 गुणा ज़्यादा पैसे पे करके बच्चों भावें एजुकेशन दे रहे हैं पर जो प्राइवेटाइजेशन हो रही एजुकेशन की वो तुहानू लगता है कि देश को थले ले जाने की सीमावां वल तक रही है नहीं असी पहले कहा कि जे प्राइवेटाइजेशन होएगी अफोर्डेबिलिटी खत्म हो जाएगी असी देखिए कि कोई यूनिवर्सिटियां विच जाने वाले बच्चे सिर्फ 200 ਦੇ ਵਿੱਚ ਇੱਕ ਬੱਚਾ ਰਹਿ ਜਾਊਗਾ ਵੀ ਨਹੀਂ ਰਹਿ ਗਏ 1% ਤੋਂ ਵੀ 0.5% ਤੇ ਆ ਗਏ ਆ ਜੀ ਟੋਟਲ ਹੈਰਾਨ ਹੋ ਗਏ ਕਿ ਟੋਟਲ ਐਡੇ ਵੱਡੇ ਪੋਪੂਲੇਟਡ ਕੰਟਰੀ ਵਿੱਚ ਜਿੰਨੇ ਰਿਸਰਚ ਸਕਾਲਰਸ ਹੈ ਜਿਹੜੇ ਪੀਐਚਡੀ ਕਰ ਰਹੇ ਆ ਉਹਨਾਂ ਦੀ ਤਦਾਦ ਕੋਈ 95,000 ਦੇ ਕਰੀਬ ਹੈ ਇੰਨੇ ਵੱਡੇ ਦੇਸ਼ ਵਿੱਚ ਸੋ 95,000 ਬਹੁਤ ਥੋੜੀ ਹੈ ਜੇ ਅਸੀਂ 130 करोड़ नवा स्टार्टअप इंडिया बनांदे है यही बच्चे स्किल इंडिया बनाएंगे यही बच्चे स्टैंड अप इंडिया बनाएंगे मेड इन इंडिया बनाएंगे पर जे पढ़ाओगे ही नहीं तो मेड इन इंडिया किद्दां बनेगा जी बिल्कुल थैंक यू डॉक्टर साहब बहुत वधिया तुसी अज साडे नाल इनफॉर्मेशन सांझी कीती ते उम्मीद करदे आउण वाले समय च वी असी जरूर तुहानू फिर रूबरू करांगे जी ते तुहानू होर जानकारी लवांगे धन्नवाद जी तुहाडा दिल दीआं गहराईआं तो वाहिगुरू जी का खालसा वाहिगुरू जी बिल्कुल कुलदीप सिंह जी बहुत वधिया गलबात कीती ते बहुत सारे मैसेज आ रहे हैं कहिंदे कि एजुकेशन सिस्टम इन इंडिया इज अ बिग स्कैम मनी मेकिंग स्कैम हैगा सो ये सानू वी नेशन कह रहे हैगे आ इस तो अलावा प्रितपाल सिंह होनी भी कह रहे हैं कि बहुत वधिया गलबात हो रही हैगी आ और एक होर सानू कह रहे हैगे आ कहिंदे कि एजुकेशन वीर जी पंजाब दे सारे यूथ सिंगर तो बहुत इंस्पायर होए ने ते ओ रोंग डायरेक्शन च जा रहे आ कोई शायद मैं इस गल दे नाल किते ना किते सहमत नहीं कि कोई किसी नूं धक्के ना किसी डायरेक्शन वल नहीं लैके जांदा जदों साडियां जड़ां मजबूत हुंदियां ना
जो शुरू चे पहले टीचर जिमें डॉक्टर साहब ने कहा कि माँ बाप होंगे सो जो साड़िया रूट्स जड़िया बहुत मजबूत होंदिया ना तो फिर असं गलत डायरेक्शन जा नहीं सकते कोई गाने साड़ी डायरेक्शन नहीं चेंज कर सकते साड़ी जिंदगी दी एक सेध होनी चाहिए है कि मैं की करना मैं अचीव की करना पर जिहड़ी गल डॉक्टर साहब कह के गए ना ये गल बड़े ध्यान नाल सोचण वाली है अफोर्डेबिलिटी जिहड़े मध्य वर्ग परिवार ने मध्य वर्ग के जां गरीब परिवार ने वह अपने बच्चों मॉडल स्कूल दे विच भेजना अफोर्ड नहीं कर सकते बिल्कुल जी स्कूलों की जी फीस आ कुलदीप सिंह जी जी डेढ़ डेढ़ दो दो लाख आ बिल्कुल और बस के जेडे बच्चे जिदा डॉक्टर साहब ने तुम भी दसिया कि पिंड चो बसा बच्चों चुक के लै जाए एडे भारे भारे उन्होंने बसते आ फिर वो पहला तो इन्ने महंगे स्कूलों से जाते दो दो ढाई ढाई लख देंगे उस तो बाद टीचर मैनू पता नहीं उन्होंने की पढ़ाया बाद वापस घर आके ट्यूशन पर जाते उत्थे एक्सट्रा मनी होंगी आ पहला बस की फीस होगी फिर ट्यूशन की होगी स्कूल की अलग होगी फिर कदे स्कूल दे वेच कोई कोई फंक्शन मना लिया कदे कोई फंक्शन मना लिया जाने कि मैं देखिया कि उत्थे दे बच्चे मैं पूरा एक साल रह के उत्थे देख के आई साडे अपने घर के बच्चे जाते सी बस तां चुक के तुहाडी बांह थक जांदी सी निक्के निक्के बच्चियां दे इन्ने भारे भारे बैग हुंदे सी ते उह बच्चियां दी ना तां हिंदी प्रोपर आ ना पंजाबी प्रोपर आ क्योंकि स्कूल च प्राइवेट स्कूलों चो कहिंदे तुसीं जे पंजाबी बोलोगे तां तुहानूं जुर्माना लगना घर असी पंजाबी मातड़ बंदे हैगे जेड़े बोलते ही पंजाबी असी चाहुंदे साडा बच्चा साडी मां बोली नाल जुड़ के रहे ते हुण स्कूले ओह कहिंदे असी फाइन करना सो बच्चा जिन्नी कु उत्थे बोलनी उत्थे बोल लैंदा घर आके बेचारा अद्धी हिंदी अद्धी पंजाबी जे घर पंजाबी बोलदा मां बाप तो जूत परेड जे स्कूल च बोलदा फाइन हुंदा ओह बच्चे बेचारे हिंदी तदे आपां कहिंदे जिहड़ी हुण दी नवीं जनरेशन आउंदी ना ना तो वह चंगी पूरी पंजाबी बोलते हैं तो ना वो पूरी हिंदी बोलते हैं हुण उन्हां दा मिक्सचर जिहा हो गया हिंदी पंजाबी इंग्लिश वो कट्ठा जिहा बोल लेंदे वो जिहड़ी तुहाडी गल है ना भी अजकल क्यों हो रहा है क्योंकि जिहड़े सरकारी स्कूल ने एक ध्यान नाल ध्यान देने वाली गल है जिन्हें भी सरकारी स्कूल ने सरकारी स्कूलों के क्वालीफाइड टीचर ने बी ए बी एड एम एड टीचर ने अध्यापक ने उस तो बिना स्कूल आ नहीं सकता जे बी टी टीचर ने जिहड़े प्राइवेट स्कूल ने उन्हां दे विच दसवीं पास कीती नहीं ओही हिंदी ते पंजाबी वाले 1500 रुपया देंगे जी तुसीं स्कूल च लग जाओ टीचर लग जांदा क्योंकि नौकरी है नहीं जी अगे पढ़ाई कर नहीं सकदे यही कारण है जिहड़ी सब तो वड्डी एजुकेशन सिस्टम गिरावट वल जा रहा है 2 लख बच्चियां 200 बच्चियां दे विचों जे एक बच्चा यूनीवर्सिटी जा रहा तो इहदा मतलब है सानूं आ सोचण दी लोड़ है क्यों किया जा रहा है क्योंकि एजुकेशन पक्षों जे अनपढ़ होएगा लोग जिंद मैं शुरू च गल की सी कि चोर है जड़ा उनू फड़न दे लई असी पुलिस दे हवाले करते हैं तो अपने हत्थां दे नाल वो जड़े बिल्कुल इलिटरेट बंदे ने जिदा मैं पहला भी जिक्र किया है कि स्कूल तो ना लागे ना लंघिया व्यक्ति साडा सिक्ख्या मंत्री है वह सानू की सिक्ख्या देगा की सानू ज्ञान देगा इस करके अज लोड़ है कि साडे जिहड़े बच्चे पंजाबों जां भारत तो बड़ी वड्डी तादाद दे विच आ रहे ने उन्हां तो कुछ इंडीकेशन मिल रही ने मेरे कोल एक बच्चा है काम करता है माँ बाप का इकलौता पुत्र है उहदा प्यो भी कल्ला सी उहदा दादा भी कल्ला सी इक्को एक पुत्र है तो वह कहिंदा कि मेरे मापिया ने 25 लाख रुपया जमीन के उत्ते गहने रख के फिर मैनू इत्थे पढ़न लई भेजिया है जी क्यों सारी उम्र के विच उन्हें 25 लाख उत्थे कमा नहीं सी सकना उन्हें पता है कि मैं प्लस टू करन तो बाद भी मैंने नौकरी नहीं मिलनी पर करिए कि मजबूरी है उत्थे दी क्योंकि सिस्टम नूं प्राइवेटाइजेशन करन करके हौले हौले मुल्क है जिहड़ा मैं कई बार जिक्र च कर चुका आपां बहुत बार जिक्र किया है कि अद्धे तो वध मुल्क है जिहड़ा गहने रख चुके है जिहड़ी विद्या सी उह भी हुण गहने रखती है जिहदे करके लोग अनपढ़ होणगे लोग गवार होणगे लोग अनएजुकेटड होणगे तो उन्हां दे सिर दे उत्ते लाठी मारनी बड़ी सौखी है जी जिहड़ा पढ़िया लिखिया वह शब्दा रूपी बंदूक दे नाल तुहानूं जवाब देगा उहदे कोल शब्द ने उहदे कोल वोकैबुलरी है उहदे कोल जानकारी है यही कारण है कि उत्थे दे लोकां नूं चंगी एजुकेशन नहीं दित्ती जा रही तां जो राजनीतिक तौर ते उह जागरूक ना हो सकन यही कारण है 43% तो वध साडे पार्लीमेंट दे विच जिहड़े लोग बैठे ने जिहड़े मुल्क नूं चला रहे ने वह क्रिमिनल लोग ने वह बलात्कारी ने वह कातल ने वह लुटेरे ने वह डाकू ने
की उम्मीद रखांगे उस तो? उम्मीद है कि आने वाले समय च होर इहोजे वधिया चंगे जानकारी वाले जिहड़े गैसट ने मेहमान ने वो लैके आवांगे तां जो साडे जिहड़े दर्शक ने दुनिया भर दे विच जिहड़े इन्ना प्यार दिंदे ने सत्कार दिंदे ने मान दिंदे ने उन्हां लई सांझा टीवी दा जिहड़ा प्लेटफॉर्म है सांझियां सच्चियां ते खोज के पड़ताल करने वाली गल्लां लैके आई है तां जो सानूं वध तों वध जानकारी मिल सके। कल नूं फिर करदे आं दर्शन जी। थैंक यू जी, तुहाडा थैंक यू जी, सत श्री अकाल। सत श्री अकाल जी। ਕਹਿੰਦੇ ਬੇਹਿੰਮਤੇ ਸ਼ਿਕਵੇ ਕਰਨ ਮੁਕੱਦਰਾਂ ਦੇ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨੇ ਪੱਥਰਾਂ ਦੇ। ਸੋ ਜਦੋਂ ਅਸੀਂ ਗੱਲ ਕਰਦੇ ਹਾਂ ਨਾ, ਹੁਣ ਮੈਂ ਕਮੈਂਟਸ ਪੜ੍ਹ ਰਹੀ ਸੀ, ਸਾਰੇ ਕਹਿੰਦੇ ਅੰਗਰੇਜ਼ੀ ਬਹੁਤ ਜ਼ਰੂਰੀ ਆ, ਪੰਜਾਬੀ ਵੀ ਓਨੀ ਜ਼ਰੂਰੀ ਆ, ਹਿੰਦੀ ਵੀ ਓਨੀ ਜ਼ਰੂਰੀ ਆ। ਬਿਲਕੁਲ ਜੀ, ਭਾਸ਼ਾਵਾਂ ਤਾਂ ਜਿੰਨੀਆਂ ਵੀ ਇਨਸਾਨ ਨੂੰ ਆਉਂਦੀਆਂ ਹੁਣ ਓਨੀਆਂ ਹੀ ਚੰਗੀਆਂ। ਹਰ ਇੱਕ ਭਾਸ਼ਾ ਸਿੱਖਣੀ ਚਾਹੀਦੀ ਹੈ, ਹਰ ਇੱਕ ਭਾਸ਼ਾ ਦਾ ਮਾਣ ਵੀ ਕਰਨਾ ਚਾਹੀਦਾ, ਪਰ ਆਪਣੀ ਮਾਂ ਬੋਲੀ ਕਦੇ ਵੀ ਨਹੀਂ ਵਿਸਾਰਨੀ ਚਾਹੀਦੀ। ਪਤਾ ਨਹੀਂ ਕਿਉਂ ਕਿਤੇ ਨਾ ਕਿਤੇ ਜਦੋਂ ਅਸੀਂ ਕਿਸੇ ਗਰੁੱਪ ਦੇ ਵਿੱਚ ਖੜ੍ਹੇ ਹੁੰਦੇ ਹਾਂ ਅਤੇ ਕਈ ਲੋਕ ਇਹੋ ਜਿਹੇ ਹੁੰਦੇ ਆ ਜੇ ਉੱਥੇ 3-4 ਕਿਸੇ ਹੋਰ ਨੇਸ਼ਨ ਦੇ ਖੜ੍ਹੇ, ਉਹ ਆਪਣੀ ਮਾਂ ਬੋਲੀ 'ਚ ਗੱਲ ਕਰਨਗੇ, ਪਰ ਅਸੀਂ ਲੋਕ ਕਈ ਵਾਰੀ ਆਪਣੀ ਪੰਜਾਬੀ ਛੱਡ ਕੇ ਦੂਜੀ ਲੈਂਗੁਏਜ ਵਿੱਚ ਔਖੇ ਹੋ ਕੇ ਗੱਲ ਕਰਦੇ ਹਾਂ। ਪਰ ਡਾਕਟਰ ਹਰਸ਼ਿੰਦਰ ਕੌਰ ਵਰਗੀਆਂ ਸਾਡੀਆਂ ਭੈਣਾਂ ਜਿਹੜੀਆਂ UNO 'ਚ ਜਾ ਕੇ ਵੀ ਪੰਜਾਬੀ 'ਚ ਸਪੀਚ ਦਿੰਦੀਆਂ, ਉਹ ਕਹਿੰਦੇ ਕਿ ਮੈਂ ਕੰਫਰਟੇਬਲ ਹਾਂ ਆਪਣੀ ਮਾਂ ਬੋਲੀ 'ਚ ਬੋਲਣ ਲਈ। ਸੋ ਸਾਨੂੰ ਆਪਣੀ ਮਾਂ ਬੋਲੀ ਬੋਲਦਿਆਂ ਕਦੇ ਸ਼ਰਮ ਨਹੀਂ ਮਹਿਸੂਸ ਹੋਣੀ ਚਾਹੀਦੀ, ਪ੍ਰਾਊਡ ਹੋਣਾ ਚਾਹੀਦਾ। ਅਤੇ ਅਸੀਂ ਕਹਿੰਦੇ ਹਾਂ ਕਿ ਬੋਲੀਆਂ ਜਿੰਨੀਆਂ ਮਰਜ਼ੀ ਸਿੱਖੋ, ਜਿਹੜੀ ਮਰਜ਼ੀ ਸਿੱਖੋ, ਅੰਗਰੇਜ਼ੀ ਸਿੱਖੋ, ਹਿੰਦੀ ਸਿੱਖੋ, ਪਰ ਆਪਣੀ ਮਾਂ ਬੋਲੀ ਕਦੇ ਨਾ ਵਿਸਾਰੋ। ਮੈਂ ਪ੍ਰਾਊਡ ਨਾਲ ਕਹਿੰਦੀ ਹਾਂ ਕਿ ਮੈਂ ਪੰਜਾਬੀ ਹਾਂ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਮੈਂ ਨਹੀਂ ਕਰਦੀ, ਪੰਜਾਬੀ ਬੋਲੀ ਮੈਨੂੰ ਰੋਟੀ ਖਾਣ ਨੂੰ ਦਿੰਦੀ ਹੈ। ਸੋ ਇਸੇ ਤਰ੍ਹਾਂ ਹੀ ਅਸੀਂ ਆਪਣੀ ਬੋਲੀ ਨੂੰ ਪਿਆਰ ਕਰੀਏ। ਅਤੇ ਜਦੋਂ ਐਜੂਕੇਸ਼ਨ ਦੀ ਗੱਲ ਆਉਂਦੀ ਆ ਅਤੇ ਸਾਇੰਟਿਸਟ, ਡਾਕਟਰ ਅਤੇ ਵੱਡੇ ਵੱਡੇ ਅਹੁਦਿਆਂ 'ਤੇ ਪਿੰਡਾਂ ਦੇ ਸਰਕਾਰੀ ਸਕੂਲਾਂ 'ਚੋਂ ਪੜ੍ਹ ਕੇ ਨਿਕਲ ਕੇ ਬੈਠੇ ਹੋਏ ਸਾਡੇ ਜਿਹੜੇ ਸੀਨੀਅਰ ਨੇ, ਡਾਕਟਰ ਜਗਜੀਤ ਸਿੰਘ ਵਰਗੀਆਂ ਸ਼ਖਸੀਅਤਾਂ ਜਦੋਂ ਸਾਡੇ ਨਾਲ ਬਹਿੰਦੀਆਂ ਨੇ, ਸਾਡੇ ਨਾਲ ਗੱਲਬਾਤ ਕਰਦੇ ਨੇ, ਤਾਂ ਬੜਾ ਮਾਣ ਮਹਿਸੂਸ ਹੁੰਦਾ ਕਿ ਅੱਜ ਵੀ ਸਾਡੇ ਸਿਰ 'ਤੇ ਇਹੋ ਜਿਹੀਆਂ ਸ਼ਖਸੀਅਤਾਂ ਦਾ ਹੱਥ ਆ ਜਿਨ੍ਹਾਂ ਤੋਂ ਅਸੀਂ ਜ਼ਿੰਦਗੀ ਦੇ ਰਾਹਾਂ 'ਤੇ ਚੱਲਣ ਲਈ ਬਹੁਤ ਕੁਛ ਸਿੱਖਦੇ ਹਾਂ। ਸੋ ਸਕੂਲ ਛੋਟਾ ਵੱਡਾ ਆ ਜਾਂ ਵੱਡੀਆਂ ਫੀਸਾਂ ਦੇ ਕੇ ਪੜ੍ਹਾਈਆਂ ਕੀਤੀਆਂ ਮਤਲਬ ਨਹੀਂ ਰੱਖਦੀਆਂ ਕਿ ਅਸੀਂ ਕਿੱਥੇ ਪੜ੍ਹਨਾ ਯੂਨੀਵਰਸਿਟੀਆਂ 'ਚ। ਇਹ ਬੰਦੇ ਦੇ ਮਨ ਦੀ ਸ਼ਿੱਦਤ ਹੁੰਦੀ ਆ ਕਿ ਮੇਰੀ ਮੰਜ਼ਿਲ ਕੀ ਆ, ਮੈਂ ਕਿਹੜੀ ਮੰਜ਼ਿਲ ਵੱਲ ਜਾਣਾ ਆ। ਜਿਹਨੇ ਪੜ੍ਹਨਾ ਆ ਉਹਨੇ ਪੜ੍ਹ ਹੀ ਲੈਣਾ ਆ, ਅਤੇ ਜਿਹਨੇ ਨਹੀਂ ਪੜ੍ਹਨਾ ਉਹਨੂੰ ਦੁਨੀਆ ਦੀ ਕਿਸੇ ਯੂਨੀਵਰਸਿਟੀ 'ਚ ਭੇਜ ਦਿਉ, ਉਹਨੇ ਨਹੀਂ ਪੜ੍ਹਨਾ। ਸੋ ਆਓ ਅਸੀਂ ਰਲ ਕੇ ਇਹੋ ਜਿਹੇ ਐਜੂਕੇਸ਼ਨਲ ਵਾਲੇ ਇਹੋ ਜਿਹੇ ਵਧੀਆ ਮਿਆਰੀ ਪ੍ਰੋਗਰਾਮ ਲੈ ਕੇ ਆਈਏ ਤਾਂ ਕਿ ਸਾਡਾ ਯੂਥ ਚੰਗੇ ਪਾਸੇ ਨੂੰ ਜਾ ਸਕੇ। ਸੋ ਕੱਲ੍ਹ ਫਿਰ ਮਿਲਦੇ ਹਾਂ, ਤੁਹਾਡੇ ਨਾਲ ਮੁਲਾਕਾਤ ਹੋਵੇਗੀ ਖਬਰਸਾਰ ਬਿਹਾਈਂਡ ਦਾ ਨਿਊਜ਼। ਦੇਖਣ ਵਾਲੇ ਸਾਰਿਆਂ ਨੂੰ ਹੀ ਪਿਆਰ, ਸਿਹਤ, ਸਤਿ ਸ਼੍ਰੀ ਅਕਾਲ ਜੀ।